ਕੋਸਾ ਕੱਲ੍ਹ ਜਦ ਮੈਂ ਇੱਥੇ ਛੱਪੜ ਚੋਂ ਲੈ ਕੇ ਬਾਹਰ ਆਇਆ ਨਾ, ਮੇਰੀ ਬੇਬੇ ਬਾਹਰ ਡੰਡਾ ਲੈ ਖੜੀ ਸੀ, ਮੈਂ ਕੁੱਟੋ ਜਰਾਂ ਦਾ ਮਾਰਾ ਐਵੇਂ ਸਾਰਾ ਦਿਨ ਘਰ ਨਹੀਂ ਵੜਿਆ। ਬੇਬੇ ਕਹਿੰਦੀ ਚੱਲ ਆ ਜਾ ਪੁੱਤ ਕੱਲ੍ਹ ਤੋਂ ਨਾ ਜਾ ਨਹੀਂ ਕੁੱਟਦੀ, ਜਦ ਮੈਂ ਅੰਦਰ ਗਿਆ ਬੇਬੇ ਨੇ ਵੜ ਕੇ ਚੰਗਾ ਹੀ ਝੰਮਤਾ। ਇਹੋ ਜਿਹੀ ਮਾਰ ਤੋਂ ਬਚਣ ਦਾ ਕੋਈ ਗੇਮ ਪਲੈਨ ਦੱਸੋ ਕੋਸਾ। ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ 600 ਤੇਰਾ ਹੈ ਨਾ, ਤੇਰਾ ਤੁਝ ਕੋ ਸੌਂਪ ਦਿਆ ਫਿਰ ਕਿਆ ਲਾਗੇ ਮੇਰਾ। ਰੱਬ ਦੇ ਅੱਗੇ ਸਰੈਂਡਰ ਕਰਦੀ ਜੀ ਆਪਣੇ ਆਪ ਨੂੰ, ਸਾਨੂੰ ਪਤਾ ਨਹੀਂ ਜੀ ਇਹਨੇ ਕਿੱਥੇ ਲੈ ਕੇ ਜਾਣਾ ਜੀ। ਇਹ ਤਾਂ ਕੁਛ ਨਹੀਂ ਸੋਚਿਆ ਸੀਗਾ ਮੈਂ, ਨਾ ਫਿਲਮ ਦਾ ਸੋਚਿਆ ਸੀ ਨਾ ਨੈਸ਼ਨਲ ਅਵਾਰਡ ਦਾ, ਇਹ ਤਾਂ ਵਾ ਕਹਿ ਸਕਦੇ ਕਿ ਰੱਬ ਦੀ ਦਿੱਤੀ ਇੱਕ ਦਾਤ ਹੈ ਜੀ। ਸਮਨ ਰੂਪੋ ਵਾਲੀ ਮੈਮ ਨੇ ਵੈਸੇ ਕਿਹਾ ਕਿ ਤੁਸੀਂ ਇਹ ਡਾਇਲੋਗ ਬੋਲ ਕੇ ਦਿਖਾਓ, ਅਤੇ ਮੈਂ ਤਾਂ ਸੀਗਾ ਜਵਾਕ ਹੀ ਸੀਗਾ, ਮੈਂ ਕੋਨਫੀਡੈਂਸ, ਮੈਂ ਕਿਹਾ ਚਲੋ ਬੋਲ ਦਿੰਦੇ ਕੀ ਜੀ ਕਿਹੜੀ ਗੱਲ ਹੈ। ਮੈਂ ਡਾਇਲੋਗ ਪੜ੍ਹਿਆ ਜੀ, ਡਾਇਲੋਗ ਬੋਲਤਾ, ਅਤੇ ਫਿਰ ਉਸ ਤੋਂ ਬਾਅਦ ਮਤਲਬ ਕਹਿ ਸਕਦੇ ਸਾਵਨ ਰੂਪੋ ਵਾਲੀ ਮੈਮ ਨੇ, ਐਮੀ ਸਰ ਨੇ ਮਤਲਬ ਕਾਫੀ ਜਗ੍ਹਾ ਕਰੈਕਸ਼ਨ ਕੀਤੀ ਕਿ ਆਇਆ ਨਹੀਂ ਆਇਆ, ਮਤਲਬ ਉਹ ਬੋਲ ਕੇ ਉਹਨਾਂ ਨੇ ਨੈਚੁਰਲੀ ਮੈਨੂੰ ਕਿਹਾ ਕਿ ਤੁਸੀਂ ਬਸ ਬੋਲਣਾ, ਅਤੇ ਉਹਨਾਂ ਨੇ ਵੀਡੀਓ ਬਣਾ ਕੇ ਜਗਦੀਪ ਸਿੱਧੂ ਨੂੰ ਸੈਂਡ ਕੀਤੀ ਜੀ। ਅਤੇ ਫਿਰ ਜਗਦੀਪ ਸਿੱਧੂ ਸਰ ਨੇ ਜਦੋਂ ਦੇਖੀ ਵੀਡੀਓ, ਅਤੇ ਮਤਲਬ ਐਕਚੁਲੀ ਬੱਚਾ ਪਹਿਲੇ ਤੋਂ ਸਿਲੈਕਟਿਡ ਸੀਗਾ ਇਸ ਰੋਲ ਲਈ, ਅਤੇ ਬਟ ਉਹਨਾਂ ਨੇ ਕਿਹਾ ਕਿ ਉਹ ਪਿੱਛੇ ਜਿਹੜਾ ਬੱਚਾ ਖੇਡ ਰਿਹਾ ਤੁਸੀਂ ਉਹਨੂੰ ਅਪਰੋਚ ਕਰੋ, ਅਤੇ ਫਿਰ ਪਤਾ ਨਹੀਂ ਰੱਬ ਦੀ ਕਹਿ ਸਕਦੇ ਸਾਰਾ ਕੁਛ ਲਿਖਿਆ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਮਤਲਬ ਪਹਿਲਾ ਪ੍ਰੋਜੈਕਟ ਮਿਲਿਆ, ਹਰਜੀਤਾ ਮਿਲਿਆ। ਮੈਂ ਘਰ ਆ ਕੇ ਦੱਸਿਆ ਕਿ ਮੈਂ ਮਤਲਬ ਓਡੀਸ਼ਨ ਤਾਂ ਨਹੀਂ, ਮਤਲਬ ਮੈਂ ਕਿ ਵੀਡੀਓ ਬਣਵਾਈ ਮੇਰੇ ਤੋਂ ਮਤਲਬ ਕਿਸੇ ਫਿਲਮ ਲਈ, ਅਤੇ ਮੈਂ ਕਿਹਾ ਕਿ ਉਹ ਕਹਿੰਦੇ ਕਿ ਤੁਸੀਂ ਸਿਲੈਕਟਿਡ ਹੋ, ਅਤੇ ਮਤਲਬ ਫਾਦਰ ਅਤੇ ਮਤਲਬ ਫੈਮਲੀ ਕਹਿੰਦੀ ਆ ਨੋਰਮਲੀ ਕਿੱਥੇ ਹੁੰਦਾ ਯਾਰ ਬੱਚਾ ਮਤਲਬ ਫਿਲਮਾਂ 'ਚ ਲੈ ਸਿਲੈਕਟ। ਜੇ ਕਹਿ ਸਕਦੇ ਅਮਿਤਾਬ ਜੀ ਨਾਲ ਮਿਲਣਾ ਨਾ, ਮੈਂ ਜਬ ਸੇ ਇੰਡਸਟਰੀ ਮੇਂ ਥਾ ਵੀ ਨਹੀਂ ਨਾ, ਤੋ ਮੇਰੇ ਇੱਕ ਐਕਟਰ ਫੇਵਰੇਟ ਥੇ ਅਮਿਤਾਬ ਬੱਚਨ ਜੀ, ਮਤਲਬ ਜਬ ਸੇ ਮੈਂ ਇੰਡਸਟਰੀ ਮੇਂ ਮੁਝੇ ਕੁਛ ਨਹੀਂ ਪਤਾ ਥਾ ਕਿਆ ਆਨਾ, ਮਤਲਬ ਉਸੇ ਪਹਿਲੇ ਮੇਰੇ ਅਮਿਤਾਬ ਬੱਚਨ ਜੀ ਫੇਵਰੇਟ ਥੇ, ਕਹਿ ਸਕਦੇ ਮਿਲਣਾ ਸੀਗਾ, ਇੱਕ ਚਾਹ ਸੀਗਾ, ਅਤੇ ਮੈਨੂੰ ਪਤਾ ਚੱਲਿਆ ਕਿ ਜਦੋਂ ਨੈਸ਼ਨਲ ਅਵਾਰਡ ਮੈਨੂੰ ਮਿਲ ਰਿਹਾ, ਅਤੇ ਉਸੇ ਟਾਈਮ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਮਿਲ ਰਿਹਾ, ਅਤੇ ਮੇਰਾ ਸੁਪਨਾ ਸੀਗਾ ਉਹਨਾਂ ਨੂੰ ਮਿਲਣਾ, ਅਤੇ ਉਹਨਾਂ ਕੋਲੋਂ ਮਿਲੇ, ਅਤੇ ਮਤਲਬ ਕਾਫੀ 2 ਸੈਕਿੰਡ ਦੀ ਮੁਲਾਕਾਤ ਸੀਗੀ, ਅਤੇ ਬਹੁਤ ਕੁਛ ਪਤ ਉਸ 'ਚ ਕਹਿ ਸਕਦੇ ਹਾਸਿਲ ਕੀਤਾ ਜੀ। ਇਹ ਚੀਜ਼ ਹੁੰਦੀ ਹੈ ਜੀ, ਮਤਲਬ ਤਦੀ ਮੈਂ ਕਦੀ ਕੱਲ੍ਹ ਫਿਊਚਰ ਦਾ ਐਕਸਪੈਕਟ ਨਹੀਂ ਕਰਦਾ, ਕਿਉਂਕਿ ਜੇ ਆਪਾਂ ਆਪਣਾ ਪ੍ਰੈਜੈਂਟ ਬੈਟਰ ਕਰਾਂਗੇ, ਪ੍ਰੈਜੈਂਟ ਨੂੰ ਸੁਧਾਰਾਂਗੇ, ਤਾਂ ਮੇ ਬੀ ਫਿਊਚਰ ਆਟੋਮੈਟਿਕਲੀ ਸਾਡਾ ਬ੍ਰਾਈਟ ਹੋ ਜਾਏਗਾ। नमस्कार, आप देख रहे हैं 7 चैनल और आज हम खास मुलाकात करेंगे छोटे सिद्धू मूसेवाला से, जिन्होंने महज छोटी सी उम्र से पंजाबी इंडस्ट्री में 4 चांद लगा दिए हैं और आज वो हमारे साथ मौजूद हैं, तो उनसे खास बातचीत करते हैं। तो नमस्कार सर। नमस्कार जी। इनका नाम समीप सिंह रनौत, जिन्होंने मूसा जट मूवी में जो है अपनी एक अहम भूमिका निभाई थी। तो सर सबसे पहले आप मुझे बताएं कि कैसे आपने जो अपनी इस जर्नी को शुरू किया। ਜੀ ਕਹਿ ਸਕਦੇ ਜਰਨੀ ਨੂੰ ਸਟਾਰਟ ਕਰਨ ਦਾ ਤਾਂ ਕੁਛ ਮਾਇੰਡ 'ਚ ਵੀ ਨਹੀਂ ਸੀਗਾ ਕਿ ਮੈਂ ਇਸ ਐਕਟਿੰਗ ਲਾਈਨ 'ਚ ਜਾਣਾ ਜਾਂ ਕੁਛ ਹੈ, ਮਤਲਬ ਇਹ ਕੋਈ ਏਮ ਜਾਂ ਕੋਈ ਪਰਫੈਕਟ ਉਹ ਨਹੀਂ ਸੀਗਾ। ਮਤਲਬ ਕਹਿ ਸਕਦੇ ਮੇਰੇ ਬ੍ਰਦਰ ਹੈ, ਮਤਲਬ ਕਜ਼ਨ ਹੈ, ਅਤੇ ਉਹ 42 ਸੈਕਟਰ ਦੇ ਵਿੱਚ ਹੋਕੀ ਸਟੇਡੀਅਮ 'ਚ ਜਿਮ ਟ੍ਰੇਨਰ ਸੀਗੇ, ਅਤੇ ਐਮੀ ਵਿਰਕ ਸਰ ਉਸ ਟਾਈਮ ਉੱਥੇ ਹੋਕੀ ਦੀ ਪ੍ਰੈਕਟਿਸ ਕਰਨ ਆਉਂਦੇ ਸੀਗੇ, ਅਤੇ ਉਹਨਾਂ ਨੇ ਵੈਸੇ ਕਿ ਆ ਜਾ ਯਾਰ ਕਿ ਮਤਲਬ ਐਮੀ ਵਿਰਕ ਸਰ ਆਏ ਨੇ, ਅਤੇ ਆ ਜਾ ਤੇਰੀ ਫੋਟੋ ਕਰਾ ਦਾ, ਅਤੇ ਮੈਂ ਫੋਟੋ ਕਰਾਉਣ ਗਿਆ, ਅਤੇ ਮੈਂ ਦੇਖਿਆ ਕਿ ਉੱਥੇ ਮਤਲਬ ਆਪਣਾ ਕੀ ਕਹਿ ਸਕਦੇ ਹੋਕੀ ਖੇਡ ਰਿਹਾ, ਅਤੇ ਬੜੀ ਡਿਫਰੈਂਟ ਜੀ ਗੇਮ ਹੈ, ਇਸ ਤੋਂ ਪਹਿਲੇ ਅਸੀਂ ਕਾਫੀ ਕ੍ਰਿਕਟ, ਫੁੱਟਬਾਲ, ਮਤਲਬ ਇਹ ਸਾਰੀ ਨੋਰਮਲ ਗੇਮਾਂ ਖੇਡੀਆਂ ਸੀ, ਅਤੇ ਉੱਥੇ ਜਾ ਕੇ ਦੇਖਿਆ ਕਿ ਹੋਕੀ ਖੇਡ ਰਿਹਾ, ਅਤੇ ਮਤਲਬ ਮੇਰਾ ਮਨ ਕੀਤਾ ਹੋਕੀ ਖੇਡਣ ਦਾ, ਆਪਾਂ ਹੋਕੀ ਖੇਡਣ ਲੱਗ ਗਏ, ਅਤੇ ਹੋਕੀ ਖੇਡਦੇ ਖੇਡਦੇ ਥੋੜ੍ਹਾ ਟਾਈਮ ਹੋਇਆ, ਅਤੇ ਉਸ ਤੋਂ ਬਾਅਦ ਸਾਵਨ ਰੂਪੋ ਵਾਲੀ ਮੈਮ ਆਏ ਉੱਥੇ, ਅਤੇ ਐਮੀ ਵਿਰਕ ਸਰ, ਮਤਲਬ ਥੋੜ੍ਹਾ ਇਕੱਠੇ ਖੇਡਣ ਲੱਗ ਗਏ ਨਾਲ, ਅਤੇ ਸਾਵਨ ਰੂਪੋ ਵਾਲੀ ਮੈਮ ਨੇ ਵੈਸੇ ਕਿਹਾ ਕਿ ਤੁਸੀਂ ਇਹ ਡਾਇਲੋਗ ਬੋਲ ਕੇ ਦਿਖਾਓ, ਅਤੇ ਮੈਂ ਤਾਂ ਸੀਗਾ ਜਵਾਕ ਹੀ ਸੀਗਾ, ਮੈਂ ਕੋਨਫੀਡੈਂਸ, ਮੈਂ ਕਿਹਾ ਚਲੋ ਬੋਲ ਦਿੰਦੇ ਕੀ ਜੀ ਡੀ ਕਿਹੜੀ ਗੱਲ ਹੈ। ਮੈਂ ਡਾਇਲੋਗ ਪੜ੍ਹਿਆ ਜੀ, ਡਾਇਲੋਗ ਬੋਲਤਾ, ਅਤੇ ਫਿਰ ਉਸ ਤੋਂ ਬਾਅਦ ਮਤਲਬ ਕਹਿ ਸਕਦੇ ਸਾਵਨ ਰੂਪੋ ਵਾਲੀ ਮੈਮ ਨੇ, ਐਮੀ ਸਰ ਨੇ ਮਤਲਬ ਕਾਫੀ ਜਗ੍ਹਾ ਕਰੈਕਸ਼ਨ ਕੀਤੀ ਕਿ ਆਇਆ ਨਹੀਂ ਆਇਆ, ਮਤਲਬ ਉਹ ਬੋਲ ਕੇ ਉਹਨਾਂ ਨੇ ਨੈਚੁਰਲੀ ਮੈਨੂੰ ਕਿਹਾ ਕਿ ਤੁਸੀਂ ਬਸ ਬੋਲਣਾ, ਅਤੇ ਉਹਨਾਂ ਨੇ ਵੀਡੀਓ ਬਣਾ ਕੇ ਜਗਦੀਪ ਸਿੱਧੂ ਨੂੰ ਸੈਂਡ ਕੀਤੀ ਜੀ। ਅਤੇ ਫਿਰ ਜਗਦੀਪ ਸਿੱਧੂ ਸਰ ਨੇ ਜਦੋਂ ਦੇਖੀ ਵੀਡੀਓ, ਅਤੇ ਮਤਲਬ ਐਕਚੁਲੀ ਬੱਚਾ ਪਹਿਲੇ ਤੋਂ ਸਿਲੈਕਟਿਡ ਸੀਗਾ ਇਸ ਰੋਲ ਲਈ, ਅਤੇ ਬਟ ਉਹਨਾਂ ਨੇ ਕਿਹਾ ਕਿ ਉਹ ਪਿੱਛੇ ਜਿਹੜਾ ਬੱਚਾ ਖੇਡ ਰਿਹਾ ਤੁਸੀਂ ਉਹਨੂੰ ਅਪਰੋਚ ਕਰੋ, ਅਤੇ ਫਿਰ
ਪਤਾ ਨਹੀਂ ਰੱਬ ਦੀ ਕਹਿ ਸਕਦੇ, ਸਾਰਾ ਕੁਛ ਲਿਖਿਆ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਮਤਲਬ ਪਹਿਲਾ ਪ੍ਰੋਜੈਕਟ ਮਿਲਿਆ, ਹਰਜੀਤਾ ਮਿਲਿਆ, ਮੈਂ ਘਰ ਆ ਕੇ ਦੱਸਿਆ ਕਿ ਮੈਂ ਮਤਲਬ ਐਡੀਸ਼ਨ ਉਡੀਸ਼ਨ ਤਾਂ ਨਹੀਂ, ਮਤਲਬ ਮੈਂ ਕਿ ਵੀਡੀਓ ਬਣਵਾਈ ਮੇਰੇ ਤੋਂ ਮਤਲਬ ਕਿਸੇ ਫਿਲਮ ਲਈ। ਅਤੇ ਮੈਂ ਕਿਹਾ ਕਿ ਉਹ ਕਹਿੰਦੇ ਕਿ ਤੁਸੀਂ ਸਿਲੈਕਟਿਡ ਹੋ, ਅਤੇ ਮਤਲਬ ਫਾਦਰ ਅਤੇ ਮਤਲਬ ਫੈਮਲੀ ਕਹਿੰਦੀ ਆ ਨੋਰਮਲੀ ਕਿੱਥੇ ਹੁੰਦਾ ਯਾਰ ਬੱਚਾ ਮਤਲਬ ਫਿਲਮਾਂ 'ਚ ਲੈ ਸਿਲੈਕਟ। ਅਤੇ ਬਸ ਫਿਰ ਜਦੋਂ ਦਿੱਤੇ ਫਿਰ ਹੋਇਆ, ਫਿਰ ਚਲੋ ਇੱਕ ਅਲੱਗ ਹੀ ਖੁਸ਼ੀ ਸੀਗੀ, ਇੱਕ ਅਲੱਗ ਚਾਅ ਸੀਗਾ ਕਿ ਇੱਕ ਕੈਮਰਾ ਫੇਸ ਕਰਨਾ। ਅਤੇ ਉਹ ਸਭ ਮਤਲਬ ਫਾਦਰ ਵੱਲੋਂ ਵੀ ਸਾਰੀ ਗਾਈਡੈਂਸ ਆਈ ਕਿ ਕਿਵੇਂ ਕੈਮਰਾ ਫੇਸ ਕਰਨਾ, ਕਿਵੇਂ ਉਹ ਕਰਨਾ। ਮਤਲਬ ਪਾਪਾ ਦਾ ਤਾਂ ਇਹ ਸੀਗਾ ਸਟਾਰਟਿੰਗ ਤੋਂ ਕਿ ਭੁੱਲ ਜਾਓ ਕਿ ਕੈਮਰਾ ਕਿੱਥੇ ਹੈਗਾ, ਕਿ ਮਤਲਬ ਸੀਨ ਆ ਰਿਹਾ ਤਾਂ ਤੁਹਾਡੇ ਜੋ ਜਿਹੜੇ ਕੋ ਆਰਟਿਸਟ ਨੇ, ਸਾਡੇ ਜਿਹੜੇ ਨਾਲ ਵਾਲੇ ਆਰਟਿਸਟ ਨੇ, ਉਹਨਾਂ ਨਾਲ ਮਤਲਬ ਇੰਟਰੈਕਸ਼ਨ ਕਰੋ, ਜੋ ਵੀ ਤੁਹਾਡਾ ਸੀਨ ਹੈ ਮਤਲਬ ਭੁੱਲ ਜਾਓ ਕੈਮਰਾ। ਅਤੇ ਉਹੀ ਮਤਲਬ ਇੱਕ ਮਾਇੰਡ 'ਚ ਗੱਲ ਰਹੀ ਹਮੇਸ਼ਾ ਤੋਂ। ਅਤੇ ਬਸ ਜੀ ਕਹਿ ਸਕਦੇ ਰੱਬ ਦੀ ਕਿਰਪਾ ਜੀ, ਰੱਬ ਦੀ ਮਿਹਰ ਹੈ। ਕਿੰਨੇ ਸਾਲ ਕੇ ਥੇ ਆਪ ਜਬ ਆਪਕੋ ਹਰਜੀਤਾ ਮੇਂ ਰੋਲ ਮਿਲਾ ਥਾ? ਜੀ ਮੈਂ ਤਬ 10 ਸਾਲ ਕਾ ਥਾ ਜਬ ਮੁਝੇ ਹਰਜੀਤਾ ਆਫਰ ਹੋਈ ਥੀ। ਤੋ ਉਸਸੇ ਪਹਿਲੇ ਆਪ ਜਬ ਐਕਟਿੰਗ ਨਹੀਂ ਕਰਤੇ ਥੇ, ਐਕਟਿੰਗ ਸੇ ਪਹਿਲੇ ਆਪ ਹਾਕੀ ਖੇਲਤੇ ਥੇ, ਮਤਲਬ ਸਪੋਰਟਸਮੈਨ? ਹਾਂਜੀ, ਐਕਟਿੰਗ ਸੇ ਪਹਿਲੇ ਮੈਂ ਸਪੋਰਟਸਮੈਨ ਹੀ ਥਾ। ਐਕਚੁਲੀ ਜਬ ਮੈਨੇ ਹਾਕੀ ਖੇਲਣੀ ਸਟਾਰਟ ਕੀ ਥੀ, ਮਤਲਬ ਜੈਸੇ ਦੇਖ ਕੇ, ਤੋ ਮੇਰਾ ਮੇਨ ਏਮ ਤੋ ਯਹੀ ਥਾ ਕਿ ਮੈਂ ਹਾਕੀ ਮੇਂ ਹੀ ਆਗੇ ਜਾਊਂ। ਬਟ ਵਹੀ ਹੈ ਕਿ ਹਮ ਆਪ ਵੀ ਜੈਸੇ ਜਨਰੇਸ਼ਨ ਕਾ ਵੀ ਦੇਖਾ ਜਾਏ ਤੋ ਇੱਕ ਯਹੀ ਚੱਲ ਰਿਹਾ ਕਿ ਹਮੇ ਪਤਾ ਨਹੀਂ ਹੈ ਕਿ ਹਮਨੇ ਕਹਾਂ ਜਾਣਾ ਹੈ। ਤੋ ਵਹੀ ਹੈ ਕਿ ਜਬ ਹਮ ਆਪਣੇ ਆਪ ਕੋ ਸਰੈਂਡਰ ਕਰ ਦਿੱਤੇ ਇਸ ਗੋਡ ਕੇ ਆਗੇ, ਮਤਲਬ ਨਿਰੰਕਾਰ ਦੇ ਅੱਗੇ, ਤਾਂ ਉਹੀ ਗੱਲ ਹੋ ਜਾਂਦੀ ਕਿ ਇਹਨੇ ਆਪ ਹੀ ਜਿੱਥੇ ਲੈ ਕੇ ਜਾਣਾ ਲੈ ਜਾਂਦੇ ਸੀ। ਆਪਨੇ ਬੋਲਾ ਕਿ ਆਪ ਚਾਹਤੇ ਥੇ ਕਿ ਆਪ ਹਾਕੀ ਮੇਂ ਆਗੇ ਜਾਓ, ਪਰ ਹਾਕੀ ਆਪਕੋ ਆਗੇ ਲੈ ਆਈ। ਤੋ ਉਸਕੇ ਬਾਅਦ ਫਿਰ ਆਪਨੇ ਜੈਸੇ ਆਪਕੇ ਵੋ ਪ੍ਰੋਜੈਕਟਸ ਥੇ, ਆਗੇ ਪ੍ਰੋਜੈਕਟਸ ਵੀ ਆਏ, ਐਂਡ ਆਪਕੀ ਜੋ ਫਿਲਮ ਥੀ ਹਰਜੀਤਾ ਉਸਕੋ ਨੈਸ਼ਨਲ ਫਿਲਮ ਅਵਾਰਡ ਵੀ ਮਿਲਾ, ਆਪਕੋ ਬੈਸਟ ਚਾਈਲਡ ਐਕਟਰ ਕਾ ਵੀ ਅਵਾਰਡ ਮਿਲਾ। ਤੋ ਵੋ ਕਿਆ ਫੀਲਿੰਗ ਥੀ ਜਬ ਆਪਕੋ ਪਤਾ ਚਲਾ ਕਿ ਆਪਕੋ ਬੈਸਟ ਐਕਟਰ ਕਾ ਅਵਾਰਡ ਮਿਲਨੇ ਜਾ ਰਹਾ ਹੈ, ਐਂਡ ਆਪਕੋ ਇਤਨੇ ਸਾਰੇ ਸੈਲੀਬ੍ਰਿਟੀਜ਼ ਕੇ ਸਾਥ ਆਪ ਉਸਕੋ ਫੇਸ ਕਰਨਾ ਚਾਹੋਗੇ? ਜੀ ਕਹਿ ਸਕਦੇ ਪਹਿਲੇ ਤਾਂ ਫਿਲਮ ਲਾਈਨ 'ਚ ਆਉਣ ਦਾ ਹੀ ਨਹੀਂ ਪਤਾ ਸੀਗਾ ਜਿਵੇਂ ਮੈਂ ਦੱਸਿਆ। ਅਤੇ ਉਸ ਤੋਂ ਬਾਅਦ ਜਦੋਂ ਨੈਸ਼ਨਲ ਅਵਾਰਡ ਅਨਾਊਂਸ ਹੋਇਆ, ਅਤੇ ਉਹੀ ਮਤਲਬ ਮੈਂ ਤਾਂ ਸੁੱਤਾ ਪਿਆ ਸੀਗਾ, ਮਤਲਬ ਅਗਰ ਮੈਂ ਉਸ ਸਿਚੁਏਸ਼ਨ ਆਪਣੀ ਪੂਰੀ ਦੱਸਾਂ ਤਾਂ ਮੈਂ ਸੁੱਤਾ ਪਿਆ ਸੀਗਾ, ਅਤੇ ਨੇਬਰ ਸੀਗੇ ਸਾਡੇ ਪੜੋਸੀ ਮਤਲਬ ਮੇਰੇ ਹੈਗੇ ਨੇ, ਅਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਮਤਲਬ ਐਂ ਤੁਹਾਡੇ ਬੇਟੇ ਦਾ ਅਵਾਰਡ ਅਨਾਊਂਸ ਹੋਇਆ। ਅਤੇ ਫਾਦਰ ਮਤਲਬ ਕਹਿੰਦੇ ਕਿ ਚਲੋ ਐਂ ਛੋਟਾ ਮੋਟਾ ਕੋਈ ਹੋਣਾ ਅਵਾਰਡ ਕੀ ਅਨਾਊਂਸ ਹੋਇਆ ਹੋਣਾ, ਅਤੇ ਫਿਰ ਉਹ ਕਹਿੰਦੇ ਨਹੀਂ ਕਿ ਨੈਸ਼ਨਲ ਅਵਾਰਡ ਅਨਾਊਂਸ ਹੋਇਆ। ਅਤੇ ਫਾਦਰ ਮਤਲਬ ਇਸ ਲਾਈਨ ਦੇ ਵਿੱਚ ਮਤਲਬ ਕਹਿ ਸਕਦੇ ਰਹਿ ਚੁੱਕੇ ਸੀ ਕਾਲਜ ਟਾਈਮ ਦੇ ਵਿੱਚ, ਮਤਲਬ ਕੈਮਰਾ ਫੋਟੋਗ੍ਰਾਫੀ, ਅਤੇ ਪਤਾ ਸੀ ਉਸ ਚੀਜ਼ ਦੀ ਵੈਲਿਊ। ਅਤੇ ਫਾਦਰ ਕਹਿੰਦੇ ਕਿ ਇਹ ਨੋਰਮਲੀ ਤਾਂ ਕਿੱਥੇ ਨੈਸ਼ਨਲ ਅਵਾਰਡ, ਮਤਲਬ ਕਿ ਪੂਰੇ ਐਕਟਰਾਂ ਦੀ ਕਹਿ ਸਕਦੇ ਉਮਰ ਲੱਗ ਜਾਂਦੀ ਹੈ। ਅਤੇ ਉਹ ਫਿਰ ਜਦੋਂ ਉੱਠਿਆ ਮੈਂ, ਫਿਰ ਪਾਪਾ ਬੜੇ ਖੁਸ਼ ਸੀਗੇ, ਮਤਲਬ ਮੇਰੇ ਲਈ ਉਹ ਮੈਨੂੰ ਪਤਾ ਹੀ ਨਹੀਂ ਸੀਗਾ ਕੀ ਚੱਲ ਰਿਹਾ ਘਰ ਦੇ ਵਿੱਚ। ਮੈਂ ਉੱਠਿਆ ਇੱਕ ਜਮਾਂ, ਮੈਂ ਸੁਪਨਾ ਹੀ ਹੁੰਦਾ ਜਿਵੇਂ ਆਪਣਾ, ਅਤੇ ਉੱਠੇ ਮਤਲਬ ਬੜਾ ਇੱਕ ਵਧੀਆ ਮਾਹੌਲ ਸੀਗਾ, ਪਾਪਾ ਨਾਲ ਗਲੇ ਮਿਲੇ, ਮੈਂ ਕਿਹਾ ਕਿ ਮਿਲ ਕੇ ਰਿਹਾ ਹੋ ਕੀ ਗਿਆ। ਅਤੇ ਕਹਿੰਦੇ ਕਿ ਤੇਰਾ ਨੈਸ਼ਨਲ ਅਵਾਰਡ ਅਨਾਊਂਸ ਹੋਇਆ ਕਿ ਮੇਰਾ ਸੁਪਨਾ ਪੂਰਾ ਕਰਤਾ, ਕਿਉਂਕਿ ਸਟੇਟ ਅਵਾਰਡ ਤੱਕ ਪਾਪਾ ਵੀ ਗਏ ਹੋਏ ਸੀਗੇ। ਅਤੇ ਫਿਰ ਨੈਸ਼ਨਲ ਅਵਾਰਡ ਮਿਲਿਆ, ਅਤੇ ਉਸ ਤੋਂ ਬਾਅਦ ਅਸੀਂ ਫਿਰ ਵੀ ਮਤਲਬ ਡਾਊਟ 'ਚ ਸੀਗੇ, ਅਸੀਂ ਫਿਰ ਜਦ ਤੱਕ ਉਹ ਪੂਰੀ ਮਤਲਬ ਦੇਖਿਆ ਨਹੀਂ, ਅਨਾਊਂਸਮੈਂਟ ਨਹੀਂ ਦੇਖੀ ਅਵਾਰਡਸ ਦੀ। ਅਤੇ ਉਹ ਤੋਂ ਬਾਅਦ ਜਦ ਤੱਕ ਸਾਨੂੰ ਦਿੱਲੀ ਤੋਂ ਕੋਲ ਨਹੀਂ ਆਇਆ ਮਤਲਬ ਗੌਰਮੈਂਟ ਤੋਂ, ਅਤੇ ਉਸ ਤੋਂ ਬਾਅਦ ਸਾਨੂੰ ਤਦ ਤੱਕ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਕਿ ਚਲੋ ਨੈਸ਼ਨਲ ਅਵਾਰਡ ਵੀ ਮਿਲਿਆ। ਅਤੇ ਉਹ ਤੋਂ ਬਾਅਦ ਆਇਆ ਫਿਰ ਸਾਰੇ ਦੇ ਮਤਲਬ ਕਹਿ ਸਕਦੇ ਹੋਇਆ, ਸਾਰੇ ਉਹਨਾਂ ਨੂੰ ਐਕਟਰਸ ਨੂੰ ਜਾ ਕੇ ਉੱਥੇ ਮਿਲੇ, ਅਤੇ ਬਹੁਤ ਹੀ ਕਹਿ ਸਕਦੇ ਬਹੁਤ ਹੀ ਗ੍ਰੈਟੀਟਿਊਡ, ਬਹੁਤ ਹੀ ਇੱਕ ਪਿਆਰਾ ਮਤਲਬ ਇੱਕ ਬਹੁਤ ਹੀ ਅਲੱਗ ਫੀਲਿੰਗ ਸੀਗੀ ਜੀ। ਮਤਲਬ ਕਹਿ ਸਕਦੇ ਕਿ ਮੇਰਾ ਮੁਝਮੇ ਕਿਸਨੇ ਜੋ ਕਿ 613 ਹੈ ਨਾ, ਤੇਰਾ ਤੁਝਕੋ ਸੌਂਪ ਦਿਆ ਫਿਰ ਕਹਿ ਲਾ ਗਿਆ ਮੇਰਾ। ਉਹੀ ਗੱਲ ਹੈ ਜੀ, ਆਪਣਾ ਆਪਾਂ ਰੱਬ ਦੇ ਅੱਗੇ ਸਰੈਂਡਰ ਕਰਦੇ ਜੀ ਆਪਣੇ ਆਪ ਨੂੰ, ਸਾਨੂੰ ਪਤਾ ਨਹੀਂ ਜੀ ਇਹਨੇ ਕਿੱਥੇ ਲੈ ਕੇ ਜਾਣਾ ਜੀ। ਇਹ ਤਾਂ ਕੁਛ ਨਹੀਂ ਸੋਚਿਆ ਸੀਗਾ ਮੈਂ, ਨਾ ਫਿਲਮ ਦਾ ਸੋਚਿਆ ਸੀ, ਨਾ ਨੈਸ਼ਨਲ ਅਵਾਰਡ ਦਾ। ਇਹ ਤਾਂ ਵਾ ਕਹਿ ਸਕਦੇ ਰੱਬ ਦੀ ਦਿੱਤੀ ਇੱਕ ਦਾਤ ਹੈ ਜੀ। ਅਭੀ ਹਮਨੇ ਦੇਖਾ ਅੰਦਰ ਕਿ ਆਪਕੀ ਨਾ ਅਮਿਤਾਭ ਬੱਚਨ ਕੇ ਸਾਥ ਪਿਕਚਰ ਲੱਗੀ ਹੋਈ ਹੈ, ਤੋ ਵੋ ਕਿਆ ਫੀਲਿੰਗ ਥੀ? ਕਿਉਂਕਿ ਬਿਗ ਬੀ ਕੇ ਸਾਥ ਫੋਟੋ ਖਿਚਵਾਨਾ, ਉਨਕੇ ਹੱਥ ਸੇ ਅਵਾਰਡ ਲੈਣਾ, ਇਹ ਬਹੁਤ ਬੜੀ ਬਾਤ ਹੋਤੀ ਹੈ। ਬਿਲਕੁਲ, ਮਤਲਬ ਜੇ ਕਹਿ ਸਕਦੇ ਅਮਿਤਾਭ ਜੀ ਨਾਲ ਮਿਲਣਾ ਨਾ, ਮੈਂ ਜਬ ਸੇ ਇੰਡਸਟਰੀ ਮੇਂ ਥਾ ਵੀ ਨਹੀਂ ਨਾ, ਤੋ ਮੇਰੇ ਇੱਕ ਐਕਟਰ ਫੇਵਰੇਟ ਥੇ ਅਮਿਤਾਭ ਬੱਚਨ ਜੀ। ਮਤਲਬ ਜਬ ਸੇ ਮੈਂ ਇੰਡਸਟਰੀ ਮੇਂ ਮੁਝੇ ਕੁਛ ਨਹੀਂ ਪਤਾ ਥਾ ਕਿਆ ਆਨਾ ਕਿ, ਮਤਲਬ ਉਸੇ ਪਹਿਲੇ ਮੇਰੇ ਅਮਿਤਾਭ ਬੱਚਨ ਜੀ ਫੇਵਰੇਟ ਥੇ, ਤਾਂ ਮੈਂ ਉਹ ਮਤਲਬ ਇੱਕ ਕਹਿ ਸਕਦੇ ਮਿਲਣਾ ਸੀਗਾ, ਇੱਕ ਚਾਹ ਸੀਗਾ। ਅਤੇ ਮੈਨੂੰ ਪਤਾ ਚੱਲਿਆ ਕਿ ਜਦੋਂ ਨੈਸ਼ਨਲ ਅਵਾਰਡ ਮੈਨੂੰ ਮਿਲ ਰਿਹਾ, ਅਤੇ ਉਸੀ ਟਾਈਮ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਮਿਲ ਰਿਹਾ।
ਅਤੇ ਉੱਥੇ ਪਹਿਲਾਂ ਇੱਕ ਫੰਕਸ਼ਨ ਹੋਇਆ ਅਤੇ ਦੂਸਰਾ ਫੰਕਸ਼ਨ ਸੀਗਾ ਟੀ ਪਾਰਟੀ ਸੀਗਾ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਜਦੋਂ ਅਮਿਤਾਭ ਜੀ ਨੂੰ ਅਵਾਰਡ ਦੇਣਾ ਸੀ ਅਤੇ ਉੱਥੇ ਸਾਨੂੰ ਬੁਲਾਇਆ ਗਿਆ ਅਤੇ ਇੱਕ ਬਹੁਤ ਹੀ ਅਲੱਗ ਮਤਲਬ ਕਹਿ ਸਕਦੇ ਉੱਥੇ ਕਿਉਂਕਿ ਕਾਫੀ ਰੂਲ ਰੈਗੂਲੇਸ਼ਨ ਹੁੰਦੇ ਨੇ ਜੀ ਅਤੇ ਮਤਲਬ ਕਹਿ ਸਕਦੇ ਤਾਂ ਅਮਿਤਾਭ ਬੱਚਨ ਜਿੰਨਾ ਡਿਸਟੈਂਸ ਆ ਬਸ ਇੱਥੇ ਖੜ੍ਹੇ ਸੀਗੇ ਮੇਰੇ ਅਤੇ ਉੱਥੇ ਕਹਿ ਸਕਦੇ ਕ੍ਰੋਸਿੰਗ ਵਗੈਰਾ ਕਿਉਂਕਿ ਪ੍ਰੈਜੀਡੈਂਟ ਆ ਰਹੇ ਸੀਗੇ ਉੱਧਰੋਂ ਮਤਲਬ ਜਿਨ੍ਹਾਂ ਨੇ ਵੋਟ ਦੇਣਾ ਸੀ ਅਤੇ ਫਿਰ ਮੈਂ ਕਿਹਾ ਕਿ ਮੌਕਾ ਤਾਂ ਆਹੀ ਹੈ ਮੈਂ ਕਿਹਾ ਚਲੋ ਕੀ ਹੈ ਕੱਲ੍ਹ ਕਿਨੇ ਦੇਖੀਏ ਇੱਕ ਵਾਰ ਚੱਲ ਜਾਂਦੇ ਕਿ ਜ਼ਿਆਦਾ ਤੋਂ ਜ਼ਿਆਦਾ ਕੀ ਰੋਕ ਦੂੰਗੇ ਅਤੇ ਫਿਰ ਮੈਂ ਗਿਆ ਅਤੇ ਮੈਂ ਸਰ ਨੂੰ ਦੱਸਿਆ ਮਤਲਬ ਐਂ ਅਤੇ ਸਰ ਨੇ ਪੁੱਛਿਆ ਕਿ ਤੁਸੀਂ ਵੀ ਅਵਾਰਡ, ਮੈਂ ਕਿਹਾ ਹਾਂਜੀ, ਅਤੇ ਸਰ ਦਾ ਮੈਂ ਆਟੋਗ੍ਰਾਫ ਲਿੱਤਾ ਮਤਲਬ ਪਹਿਲੇ ਕਹਿ ਸਕਦੇ ਇੰਡਸਟਰੀ ਦੇ ਵਿੱਚ ਇੱਕ ਐਕਟਰ ਨੇ ਜਿਹੜੇ ਮਤਲਬ ਕਹਿ ਸਕਦੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਅਤੇ ਬਹੁਤ ਹੀ ਕਹਿ ਸਕਦੇ ਇੱਕ ਅਲੱਗ ਪਰਸਨੈਲਿਟੀ ਅਤੇ ਮੇਰਾ ਸੁਪਨਾ ਸੀਗਾ ਉਹਨਾਂ ਨੂੰ ਮਿਲਣਾ ਅਤੇ ਉਹਨਾਂ ਕੋਲੋਂ ਮਿਲੇ ਅਤੇ ਮਤਲਬ ਕਾਫੀ 2 ਸੈਕਿੰਡ ਦੀ ਮੁਲਾਕਾਤ ਸੀਗੀ ਅਤੇ ਬਹੁਤ ਕੁਝ ਪਤ ਉਸ 'ਚ ਕਹਿ ਸਕਦੇ ਹਾਸਿਲ ਕੀਤਾ ਜੀ ਆਪਾਂ। ਕਹਿੰਦੇ ਹੈ ਨਾ ਮੈਨੀਫੈਸਟੇਸ਼ਨਸ ਕਮਸ ਟਰੂ, ਤਾਂ ਜੈਸੇ ਕਿ ਆਪਣੇ ਹਰਜੀਤਾ ਮੇਂ ਰੋਲ ਕੀਆ, ਤਾਂ ਉਹ ਕਿਸੇ ਕੀ ਬਾਇਓਪਿਕ ਥੀ, ਆਪਨੇ ਕੈਸੇ ਉਨਕੀ ਤਰ੍ਹਾਂ ਚਲਨਾ ਬੋਲਨਾ ਸਭ ਕੁਛ ਸਿੱਖਾ, ਮਤਲਬ ਆਪਕੇ ਐਕਟਰ ਸੀ ਉਨਸੇ ਬਾਤ ਕਰਤੇ ਥੇ ਜਿਨਕੀ ਆਪਕੋ ਬਾਇਓਪਿਕ ਕਰਨੀ ਥੀ, ਕਿ ਕੈਸੇ ਆਪ ਚਲਤੇ ਥੇ ਬੋਲਤੇ ਥੇ ਯਾ ਕੈਸੇ ਰਿਐਕਟ ਕਰਤੇ ਥੇ ਜੀ। ਇਹ ਗੱਲ ਤਾਂ ਕਹਿ ਸਕਦੇ ਇਹਦਾ ਸਾਰਾ ਕ੍ਰੈਡਿਟ ਮੈਂ ਦੇਣਾ ਚਾਹੂੰਗਾ ਦਾਦੂ ਸਰ ਨੂੰ ਜੀ, ਜਿਹੜੇ ਉਹ ਫਿਲਮ ਦੇ ਡਾਇਰੈਕਟਰ ਸੀਗੇ, ਕਿਉਂਕਿ ਮੈਨੂੰ ਕੋਈ ਆਈਡੀਆ ਨਹੀਂ ਸੀਗਾ ਜੀ ਕਿ ਐਕਟਿੰਗ ਕੀ ਹੁੰਦੀ ਹੈ, ਇਹ ਕਿਸ ਬਾਰੇ ਫਿਲਮ ਬਣ ਰਹੀ, ਕਿਉਂਕਿ ਮੈਨੂੰ ਮਤਲਬ ਹੋਕੀ 'ਚ ਵੀ ਮੈਂ ਨਵਾਂ ਹੀ ਸੀਗਾ, ਮੈਨੂੰ ਨਹੀਂ ਪਤਾ ਸੀਗਾ ਕਿ ਹਰਜੀਤ ਸਿੰਘ ਤੁੱਲੀ ਵੀ ਮਤਲਬ ਜਿਨ੍ਹਾਂ ਨੇ ਆਪਣਾ ਹੋਕੀ ਪਲੇਅਰ ਨੇ ਅਤੇ ਉਹਨਾਂ ਨੇ ਸਾਨੂੰ ਮਤਲਬ ਇੱਕ ਨੈਸ਼ਨਲ ਲੈਵਲ 'ਤੇ ਕਹਿ ਸਕਦੇ ਅਚੀਵਮੈਂਟ ਦਵਾਈ ਹੈ, ਅਤੇ ਬਸ ਉਹੀ ਹੋਇਆ ਅਤੇ ਕਹਿ ਸਕਦੇ ਦਾਦੂ ਸਰ ਜਿਹੜੇ ਸੀਗੇ ਉਹਨਾਂ ਨੇ ਆਪ ਹੀ ਮੈਨੂੰ, ਮੈਂ ਮਤਲਬ ਉਹੀ ਜਿਵੇਂ ਆਪਣਾ ਦਲਜੀਤ ਭੱਜ ਦੀ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਇਮਤਿਆਜ਼ ਅਲੀ ਜੀ ਨਾਲ ਗੱਪ ਕੀਤਾ ਉਹਨਾਂ ਨੇ, ਜਿਵੇਂ ਉਹ ਕਹਿੰਦੇ ਸੀ ਕਿ ਸੈੱਟ 'ਤੇ ਚੱਲ ਗਏ ਅਤੇ ਅੱਗੇ ਬਸ ਇਹਨਾਂ ਨੇ ਉਹੀ ਸੇਮ ਚੀਜ਼ ਹੀ ਕਹਿ ਸਕਦੇ ਕਿ ਦਾਦੂ ਸਰ ਨੇ ਮੇਰੇ ਤੋਂ ਉਹ ਕਢਵਾਈ ਕਿ ਕਹਿ ਸਕਦੇ ਕਿ ਉਹ ਪਛਾਣਦੇ ਸੀਗੇ ਕਿ ਕੀ ਟੈਲੈਂਟ ਕੀ ਕੈਪੇਬਿਲਿਟੀ ਹੈ ਇਹਦੀ, ਕਿੱਥੇ ਇਹਨੂੰ ਕਰ ਸਕਦੇ ਹਾਂ, ਅਤੇ ਉਹ ਚੀਜ਼ ਉਹਨਾਂ ਨੇ ਸਾਡੇ ਤੋਂ ਕਰਾਈ, ਮਤਲਬ ਦਾਦੂ ਸਰ ਨੇ ਹੀ ਮੇਰੇ ਤੋਂ ਕਰਾਈ, ਅਤੇ ਉਹ ਤੋਂ ਬਾਅਦ ਮੈਂ ਫਿਰ ਹੌਲੀ ਹੌਲੀ ਸਿੱਖਣਾ ਸ਼ੁਰੂ ਕੀਤਾ, ਹੋਰ ਪ੍ਰੋਜੈਕਟਸ ਕਰਦੇ ਗਏ ਐਕਸਪੀਰੀਅੰਸ ਹੁੰਦਾ ਗਿਆ ਅਤੇ ਹੋਰ ਨਾਲ ਜਿਹੜੇ ਆਪਣੀ ਚੀਜ਼ਾਂ ਨੂੰ ਹੋਰ ਆਪਾਂ ਅਡੋਪਟ ਕਰਦੇ ਗਏ, ਕੁਛ ਛੱਡਦੇ ਗਏ ਜੋ ਨੈਗੇਟਿਵਿਟੀ ਹੈ, ਕੁਛ ਹੈਗੀ ਪੋਜ਼ਿਟਿਵਿਟੀ ਅਡੋਪਟ ਕਰਕੇ ਸਿੱਖਣਾ ਅਡੋਪਟ ਕਰਕੇ ਬਸ ਉਹ ਅੱਗੇ ਜੀ ਕਰਦੇ ਗਏ ਆਪਾਂ। ਆਪਣੇ ਜੈਸੇ ਬਤਾਇਆ ਕਿ ਆਪ 10 ਸਾਲ ਕੇ ਥੇ ਜਬ ਆਪਣੇ ਐਕਟਿੰਗ ਸ਼ੁਰੂ ਕੀ, ਤਾਂ ਮਤਲਬ 10 ਸਾਲ ਕੇ ਬੱਚੇ ਕੋ ਕਿਆ ਹੀ ਪਤਾ ਹੋਤਾ ਕਿ ਕਿਆ ਕਰਨਾ, ਈਵਨ ਉਸਕੋ ਯੇ ਵੀ ਨਹੀਂ ਪਤਾ ਹੋਤਾ ਉਸਨੇ ਆਗੇ ਜਾ ਕੇ ਵੀ ਕਿਆ ਕਰਨਾ, ਕਿਉਂਕਿ ਜਬ ਤੱਕ ਹਮ ਇਸ ਏਜ ਮੇਂ ਪਹੁੰਚਦੇ ਕਿ ਹਮਨੇ ਕੁਛ ਕਿਆ ਡਿਸਾਈਡ ਕਰਨਾ ਹੈ, ਹਮਾਰੀ ਕਿਆ ਡੈਸਟੀਨੇਸ਼ਨ ਹੋਣੀ ਚਾਹੀਏ, ਤਬ ਤੱਕ ਹਮ ਕਾਫੀ ਬੜੇ ਹੋ ਗਏ ਹੋਤੇ ਹੈ, ਤਾਂ ਐਂਡ ਕਾਫੀ ਹਮਾਰੇ ਗੋਲਸ ਵੀ ਚੇਂਜ ਹੋ ਜਾਤੇ ਹੈ, ਤਾਂ ਕਭੀ ਐਸਾ ਨਹੀਂ ਹੋ ਕਿ ਨਹੀਂ ਯਾਰ ਐਕਟਿੰਗ ਅਬ ਬਹੁਤ ਹੋ ਗਈ ਅਬ ਕੁਛ ਔਰ ਕਰਤੇ ਹੈ ਜੀ। ਮੈਨੂੰ ਇਹ ਲੱਗਦਾ ਹੈ ਕਿ ਜਬ ਹਮ ਕੋਈ ਕਾਮ ਕਰਤੇ ਹੈ ਨਾ, ਤੋ ਏਕ ਟਾਈਮ ਪੇ ਜੈਸੇ ਹਮ ਕੋਈ ਕੰਟੀਨਿਊਸਲੀ ਕਾਮ ਕਰ ਰਹੇ ਹੈ, ਅਗਰ ਤੋ ਹਮ ਉਸਮੇ ਬੋਰ ਹੋ ਗਏ, ਮਤਲਬ ਹੈਜ਼ੀਟੇਟ ਹੋਣੇ ਲੱਗੇ ਕਿ ਨਹੀਂ ਯਾਰ ਆਜ ਨਹੀਂ ਕੱਲ੍ਹ ਕਰੇਂਗੇ, ਤੋ ਵੋ ਕਾਮ ਮੇਰੇ ਹਿਸਾਬ ਸੇ ਕਭੀ ਕਰਨਾ ਨਹੀਂ ਚਾਹੀਏ, ਮਤਲਬ ਵੋ ਫਿਰ ਕਹਿ ਸਕਤੇ ਆਪਣਾ ਟਾਈਮ ਵੇਸਟ ਕਰਨਾ ਹੀ ਹੋਤਾ, ਕਿਉਂਕਿ ਲਿਟਰਲੀ ਮੇਰਾ ਬਚਪਨ ਸੇ ਐਸਾ ਥਾ ਕਿ ਮੈਂ ਕਾਫੀ ਕੁਛ ਮੈਨੇ ਕੀਆ, ਮਤਲਬ ਜੈਸੇ ਮੇਰੇ ਫਾਦਰ ਵੀ ਇਹ ਕਹਤੇ ਥੇ ਕਿ 2 ਬੇੜੀਆਂ 'ਚ ਕਦੀ ਸਵਾਰ ਬੰਦਾ ਮਤਲਬ ਕਿਨਾਰਾ ਨਹੀਂ ਮਿਲਦਾ ਉਹਨੂੰ, ਅਤੇ ਮੈਂ ਕਾਫੀ ਚੀਜ਼ਾਂ ਕਰਦਾ ਰਿਹਾ, ਮਤਲਬ ਆਪਣੀ ਹੋਕੀ ਖੇਡਦਾ ਰਿਹਾ, ਮਤਲਬ ਹੋਰ ਪਾਸੇ ਮਤਲਬ ਆਪਣਾ ਮੈਂ ਸਾਰਾ ਕੁਛ ਕਿਉਂਕਿ ਐਕਸਪਲੋਰ ਕਰਨਾ ਚਾਹੁੰਦਾ ਸੀਗਾ ਜੀ, ਅਤੇ ਇਸ ਕਰਕੇ ਘਰਦਿਆਂ ਨੇ ਵੀ ਮੈਨੂੰ ਕਦੀ ਰੋਕਿਆ ਨਹੀਂ ਅਤੇ ਮੈਂ ਉਹ ਕੀਤਾ, ਬਟ ਮੇਰਾ ਕਾਫੀ ਟਾਈਮ ਬਾਅਦ ਨਾ ਇੱਕ ਚੀਜ਼ ਤੋਂ ਮਨ ਉੱਠ ਜਾਂਦਾ ਸੀਗਾ ਕਿ ਨਹੀਂ ਇਹ ਕਰ ਲਈ ਯਾਰ ਬਹੁਤ ਕਰ ਲਈ, ਹੁਣ ਕੁਛ ਨਵਾਂ ਸਿੱਖੀਏ, ਅਤੇ ਬਟ ਹੁਣ ਜਿਹੜੀ ਐਕਟਿੰਗ ਫੀਲਡ ਹੈ ਨਾ, ਟੱਚ ਵੁੱਡ ਕੀ ਰੱਬ ਦੀ ਕਿਰਪਾ ਨਾਲ ਮੈਨੂੰ ਉਹ ਇੱਕ ਕੰਟੀਨਿਊਸਲੀ ਪ੍ਰੋਜੈਕਟਸ ਮਿਲ ਰਹੇ ਅਤੇ ਇੱਕ ਸਹੀ ਕਹਿ ਸਕਦੇ ਡਿਸਟੈਂਸ ਦੇ ਵਿੱਚ ਮਿਲ ਰਿਹਾ, ਜਿਹੜਾ ਕਿ ਜਿਹੜਾ ਆਪਣਾ ਟਾਈਮ ਗੈਪ ਆਉਂਦਾ ਉਸਦੇ ਵਿੱਚ ਮੈਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਪਾਉਂਦਾ, ਆਪਣੇ ਆਪ 'ਤੇ ਸਿੱਖ ਪਾਉਂਦਾ, ਅਤੇ ਉਹ ਇੱਕ ਕੰਟੀਨਿਊਸਲੀ ਜਿਹੜੀ ਲੈਅ ਬਣੀ ਹੋਈ ਹੈ ਜੀ, ਉਹ ਕਹਿ ਸਕਦੀ ਕਿ ਕਦੀ ਮੈਂ ਐਕਟਿੰਗ ਫੀਲਡ ਤੋਂ ਕਦੀ ਬੋਰ ਨਹੀਂ ਹੋਇਆ, ਜਾਂ ਮੈਂ ਹੋਰ ਕੰਮ ਆਪਾਂ ਕਰਦੇ ਉਹ ਸਾਰੇ ਤੋਂ ਮੈਂ ਹੋ ਜਾਂਦਾ, ਬਟ ਜਿਹੜੀ ਐਕਟਿੰਗ ਹੈ ਉਸਦੇ ਨਾਲ ਮੈਂ ਕਦੀ ਉਹ ਨਹੀਂ ਹੋਇਆ, ਮੈਨੂੰ ਐਂ ਨਹੀਂ ਲੱਗਿਆ ਕਿ ਮੈਂ ਮਕੈਨੀਕਲ ਜਾਂ ਕੋਈ ਜ਼ਬਰਦਸਤੀ ਐਕਟਿੰਗ ਕਰ ਰਿਹਾ, ਮੈਨੂੰ ਮਤਲਬ ਅੰਦਰੋਂ ਜੋ ਚੀਜ਼ ਹੈ ਨਾ ਉਹ ਨਿਕਲਦੀ ਹੈ, ਅਤੇ ਕਦੀ ਐਂ ਨਹੀਂ ਲੱਗਿਆ ਕਿ ਹਾਂ ਯਾਰ ਹੁਣ ਬਹੁਤ ਹੋ ਗਿਆ, ਕਿ ਸੈੱਟ 'ਤੇ ਗਏ ਕਦੀ ਮਤਲਬ ਯਾਰ ਟਾਈਮ ਪਾਸ ਨਹੀਂ ਹੋ ਰਿਹਾ, ਉਹ ਮਤਲਬ ਉਹ ਚੀਜ਼ਾਂ ਨਹੀਂ, ਮਤਲਬ ਆਪਣਾ ਕੰਮ ਜਦੋਂ ਹੈ ਨਾ ਉਹ ਸੀਰੀਅਸਨੈਸ ਮਤਲਬ ਆਪਣੇ ਆਪ ਹੀ ਆ ਜਾਂਦੀ ਹੈ। ਮਤਲਬ ਅਭੀ ਆਪਕੀ ਏਜ ਕਿਆ? ਮੇਰੀ ਏਜ 16 ਹੈ ਜੀ।
क्या कर रहे हो आप अभी साथ में? स्टडीज तो चली रही होंगी? स्टडीज चल रही है, मैं अभी प्लस टू क्लास में फाइन आर्ट्स कर रहा हूँ। फाइन आर्ट्स, हाँ अभी हम आ रहे थे तो हमने देखा कि आप पेंटिंग भी करते हैं। अभी आपने वो पिक्चर किसकी बनाई हुई है पेंटिंग? वो एक्चुअली सरप्राइज है, एक्चुअली मेरे बुआ फुफ्फड़ जी उनके रिटायरमेंट है, सो मतलब ये है कि मैं अपनी तरफ से कुछ गिफ्ट दे पाऊँ, इनिशिएट कर पाऊँ, तो वो मैं बना रहा हूँ। और एक्टिंग के अलावा और स्टडीज के अलावा मतलब आप पेंटिंग करते हैं, और क्या हॉबीज हैं आपकी? जी वैसे तो मतलब कह सकते हैं एक स्पोर्ट्समैन जैसे बचपन से एक जर्नी रही है, तो वो एक मेंटेनेंस रखने के लिए वर्कआउट होता है जैसे हमारा, तो वो हम कंटिन्यूसली करते हैं, जैसे माड़ा मोटा रनिंग हो गई या कुछ और हो गया, सो और हो गया मतलब अपना आर्टिस्टिक जैसे पेंटिंग हो गया, या मतलब कभी कभी कह सकते पढ़ भी लेते माड़ा मोटा, स्टडी एंड कह सकते और अपना स्विमिंग जैसे, मतलब काफ़ी स्पोर्ट्स के रिलेटेड भी हॉबीज हैं जैसे पेंटिंग वगैरह, मतलब ये सब करते रहते जी। मैंने ये भी देखा था कि आप व्लॉगिंग भी करते हो। जी व्लॉगिंग मैं तो नहीं करता जी, पर हले सोच रहा कि करिए शुरू होना, पर वो जिवें मेरे फ्रेंड्स ने जिवें नाल सिद्धि ते निमरत जिवें वो व्लॉगिंग वगैरह करते ने, वो चलो माड़ा मोटा नाल कर लीदा आपां भी। आजकल आपकी तिकड़ी जो है सोशल मीडिया पे बहुत ज़्यादा फेमस हो रही है जी। बस ये भी रब की कृपा है कि जिवें इंडस्ट्री च कह सकते आए जी, तो एक कह सकते फैमिली टाइप बॉन्ड, एक फैमिली टाइप जिवें फ्रेंड्स बचपन तो, जिवें निमरत नाल अरदास करा च मैं पहली बार मिलिया सीगा, तो मतलब एक काफ़ी बच्चे का साड़ी गैदरिंग सी, उस काफ़ी बच्चे से, तो साड़ा एक बहुत अच्छा बॉन्ड बन गया सीगा, सैट तो इंजॉय करना वो करना, उस तो बाद जिहड़ा मेनटेन रहा मतलब निमरत नाल काफ़ी वधिया मेनटेन रहा बॉन्ड मेरा, तो वो कह सकते कि मतलब दोस्त शब्द भी काफ़ी घट है साडे लई, एक भरा है आप मतलब एक कह सकते जिहड़ा ब्लड रिलेशन नहीं हुंदा बट एक रियल है ना उहदे वर्गा अपना प्यार हैगा, तो उही बस अगे फिर जिवें सिद्धी नाल मुलाकात हुई, मतलब वो भी फिर साड़ी है कि नॉर्मल फैमिली वर्गा एक बॉन्ड हो गया, वो बनी जा रहा है जी। अभी तक आपने कौन कौन सी मूवीज़ में काम कर लिया है? जी हुणी तक वैसे 30 तो उपर प्रोजेक्ट कर लेने मैं, मतलब हरजीता किस्मत उड़ाएड़ा गुड्डिया पटोले रब द रेडियो 2 जद्दी सरदार उन्नीक की अरदास करा सुरखी बिंदी कौन है यार तुणका तुणका सो रहा था पिंड मूसा जट होर अपना मस्ताने हो गई, मतलब तो बाकी वैब सीरीज़ हो गई, वैब फिल्म हो गई, मतलब बाकी सोंग्स हो गए अपने, मतलब इन्ने कर लेने, अद्धे तो मैं याद भी नहीं, अद्धे मैं भुल भी गया, अद्धे तो कह सकते रिलीज़ भी नहीं हुए हले, तो हजे प्रोजेक्ट्स नहीं। अभी जैसे आपने बताया कि आपने मूसा जट में भी काम किया है छोटे मूसे वाले की बायोपिक में, तो मतलब क्या एक्सपीरियंस रहा आपका सिद्धू मूसे वाले से, क्योंकि अब दुनिया में नहीं है, हमारे साथ नहीं है, तो कैसा एक्सपीरियंस रहा, कैसे आपने उनके साथ उनको देखा कि वो कैसे काम करते हैं, कैसे बोलते हैं, क्योंकि आपने उसमें छोटे बच्चे का किरदार निभाया है? वो कह सकते इस दुनिया च नहीं कह सकते हैगे तो वो साढ़े नाल ही ने हर पल, जिहड़ा अपना कह सकते कि सुप्रीम गॉड अपना निरंकार हैगा इहदे विच तां समाए ने जी सारे, मतलब ये एक वाइब फील करन दी देर है, मतलब जे आपां अज वी फील करदे कि सिद्धू मूसे वाला या कोई साडा जो परसन साढ़े इस दुनिया, मतलब उही कि इस दुनिया च तां नहीं कह सकते कि जो साढ़े तो है नहीं साढ़े कोल नहीं है, तो उसकी जे आपां वाइब महसूस करदे तो वो बिल्कुल साढ़े नज़दीक है जी, तो उही मतलब सिद्धू मूसे भाई जी नाल वी कम करके कह सकते कि एक बहुत ही अलग मेरा कह सकते सी कि फील रहा सारा उत्थे, क्योंकि मतलब बाई दे बचपन दा जिवें करैक्टर करना सीगा, तो उस टाइम ऐ होया कि जिवें मैं सैट ते गया, तो सैट ते जाके आपां बैठे, मतलब पहला मतलब इनोग्रेशन डे ही सीगा उस दिन, तो सीन कर रहे सीगे, तो मैनूं अज भी याद है वो एक मतलब मुलाकात कि मैं भाजी दे पैरी हाथ लाए, वो कहिंदे मैं नहीं मैं एडा भी वड्डा नहीं हैगा, फिर हक कीता एंड बहुत एक मतलब कह सकते कि भरावां वाली नेचर कि ऐं लगदा ही नहीं सीगा कि बंदा पहली बार मिल रहा उन्हां नूं, तो एक बहुत ही कह सकते हल्की जी शाय परसनैलिटी भी सीगे वो, तो जदों आपां उत्थे बह के मैं सीन दे रहा सीगा, तो वह ट्रैक्टर दे नाम सीगे वो, मतलब जिवें स्क्रिप्ट च सीगे मतलब वो बोले हुए सीगे, तो भाजी ने आके करैक्शन कराई कि ये पिंड च तां ऐ कहिंदे ने ऐ कहिंदे ने, तो होर थोड़ा मतलब टाइम मिलिया भाजी नाल स्पेंड करन दा, थोड़ा बहुत उन्हां नूं समझन दा कि उन्हां दा की फील है, उन्हां दे की इमोशनस हुंदे ने, तो वो फिर मैं ताकि कैमरे ते दिखा पावां
ਅਤੇ ਉਹ ਚੀਜ਼ਾਂ ਮਤਲਬ ਕਾਫੀ ਫੈਸੀਨੇਟ ਕਰਦੇ ਜੀ, ਮਤਲਬ ਮਿਲ ਕੇ ਭਾਅ ਜੀ ਨਾਲ ਬਹੁਤ ਇੱਕ ਕਹਿ ਸਕਦੇ, ਇੱਕ ਮੇਰੀ ਇਹ ਵੀ ਸੀਗੀ ਐਕਸਪੈਕਟੇਸ਼ਨ ਕਿ ਜਦੋਂ ਅਸੀਂ ਮਿਲਦੇ ਕਿ ਇੰਨੇ ਇੰਟਰਨੈਸ਼ਨਲ ਲੈਵਲ ਦੇ ਸਟਾਰ ਨੇ, ਮਤਲਬ ਸਿੰਗਰ ਨੇ, ਅਤੇ ਮਤਲਬ ਕੋਈ ਇਹੋ ਜਿਹਾ ਐਟੀਟਿਊਡ ਨਹੀਂ, ਕੋਈ ਕੁਛ ਨਹੀਂ, ਮਤਲਬ ਇੱਕ ਹੰਬਲ ਪਰਸਨੈਲਿਟੀ, ਮਤਲਬ ਕਹਿ ਸਕਦੇ ਕਿ ਮੈਂ ਇਹ ਚੀਜ਼ ਦੇਖੀ ਹੈ ਕਿ ਜਿੰਨੇ ਵੀ ਪੰਜਾਬ ਦੇ ਮੋਸਟਲੀ ਐਸੇ ਆਰਟਿਸਟ ਨੇ ਸਾਰੇ ਹੀ ਬਹੁਤ ਮਤਲਬ ਗਰਾਊਂਡ ਟੂ ਡਾਊਨ ਟੂ ਅਰਥ ਨੇ ਅਤੇ ਹੰਬਲ ਪਰਸਨੈਲਿਟੀ ਨੇ ਸਾਰੇ। अभी जैसे कि छोटा सिद्धू फिर से इस दुनिया में आ चुके हैं, तो उनके बारे में आप उनसे मिलने गए थे क्या? अभी टाइम तो नहीं लगा था, बट मैंने अभी जाना है मिलने, मतलब अभी शूट चल रहा था तो उस करके, बट मेरा बहुत मन है उनसे मिल के आएंगे कि चलो कह सकते एक तरह शुभदीप जी अपने दोबारा आए नहीं दुनिया से, चलो बहुत बहुत मुबारक है पूरे परिवार नु जी। और जैसे कि आपने अभी बताया आपने गुड़िया पटोले और भी कई मूवीज़ में जो आपने काम किया, तो वहाँ पे कैसा आपका एक्सपीरियंस रहा, क्योंकि हम देखते हैं क्योंकि पंजाबी जो इंडस्ट्री आजकल हर जगह पे जो चार चंद लगा रही है। जी कह सकते ਆਪਾਂ ਜਿੰਨੇ ਵੀ ਮੈਂ ਪ੍ਰੋਜੈਕਟਸ ਕੀਤੇ ਹਰ ਇੱਕ ਪ੍ਰੋਜੈਕਟ ਦਾ ਸਾਡਾ ਕਹਿ ਸਕਦੇ ਅਲੱਗ ਐਕਸਪੀਰੀਅੰਸ ਲਿਆ, ਅਲੱਗ ਮੂਡ ਰਿਹਾ, ਬਹੁਤ ਮਤਲਬ ਕਹਿ ਸਕਦੇ ਅਲੱਗ ਜਿਹਾ ਹੀ ਮਤਲਬ ਕੋਨਸੈਪਟ ਸੀਗਾ ਗੁੱਡੇ ਪਟੋਲੇ ਵੀ ਜਾਂ ਹੋਰ ਆਪਾਂ ਕੋਨਸੈਪਟ ਕਹੀਏ, ਸਾਰਿਆਂ ਦੇ ਨਾਲ ਹੀ ਬਹੁਤ ਡਿਫਰੈਂਟ ਡਿਫਰੈਂਟ, ਮਤਲਬ ਹਰ ਇੱਕ ਸੈੱਟ 'ਤੇ ਜਦੋਂ ਜਾਂਦੇ ਤਾਂ ਇੱਕ ਕਹਿ ਸਕਦੇ ਨਵੀਂ ਵਾਈਵ, ਇੱਕ ਨਵੀਂ ਮਤਲਬ ਉਹ ਐਕਸਪੀਰੀਅੰਸ ਕਰਨ ਨੂੰ ਮਿਲਦਾ, ਇੱਕ ਨਵਾਂ ਕੁਝ ਸਿੱਖਣ ਨੂੰ ਮਿਲਦਾ, ਮਤਲਬ ਕਿਉਂਕਿ ਸਾਰੇ ਡਿਫਰੈਂਟ ਡਿਫਰੈਂਟ ਡਾਇਰੈਕਟਰਸ ਹੁੰਦੇ ਨੇ ਅਤੇ ਸਾਰਿਆਂ ਕੋਲੋਂ ਸਿੱਖਣ ਨੂੰ ਮਿਲਦਾ, ਮਤਲਬ ਅਲੱਗ ਅਲੱਗ ਕੈਮਰਾਮੈਨ ਹੁੰਦੇ ਨੇ, ਬਹੁਤ ਕੁਛ ਮਤਲਬ ਮੈਂ ਜਿੰਨਾ ਕਹਿ ਸਕਦਾ ਕਿ ਕੈਮਰੇ ਦੇ ਅੱਗੇ ਦਿਖਦਾ ਉਹ ਤੋਂ ਜ਼ਿਆਦਾ ਮੈਂ ਕੈਮਰੇ ਦੇ ਪਿੱਛੇ ਰਹਿੰਦਾ, ਮਤਲਬ ਮੈਨੂੰ ਬਹੁਤ ਕਹਿ ਸਕਦੇ ਇੱਕ ਖੁਸ਼ੀ ਮਿਲਦੀ ਹੈ ਜਾਂ ਇੱਕ ਸਿੱਖਣ ਦੀ ਚਾਹ ਹੈਗੀ, ਜਿਵੇਂ ਇੱਕ ਬੈਕਗਰਾਊਂਡ ਟੀਮ ਹੁੰਦੀ ਹੈ ਨਾ ਆਪਣੀ, ਮੈਂ ਉਹਨਾਂ ਨਾਲ ਬਹੁਤ ਟਾਈਮ ਸਪੈਂਡ ਕਰਦਾ ਸੈੱਟ 'ਤੇ ਜਾ ਕੇ, ਜਿਵੇਂ ਆਪਣੇ ਡੀ ਓ ਪੀ ਸਰ ਹੋ ਗਏ, ਆਪਣੇ ਡਾਇਰੈਕਟਰ ਸਰ ਹੋ ਗਏ, ਜੇ ਮੇਰਾ ਸ਼ੂਟ ਨਹੀਂ ਉਹਨਾਂ ਨੇ ਕਿਹਾ ਤੁਸੀਂ ਹਾਫ ਐਨ ਆਰ ਜਾਂ ਦੋ ਘੰਟੇ ਲਈ ਫ੍ਰੀ ਹੋ, ਮੈਂ ਕਦੀ ਬੈਠਿਆ ਨਹੀਂ, ਮਤਲਬ ਮੈਨੂੰ ਲੱਗਦਾ ਵੈਨਿਟੀ 'ਚ ਮੈਂ ਇੰਨੇ ਚਿਰ ਆਪਣਾ ਪਿੱਛੇ ਜਾ ਕੇ ਸਰੋਂ ਕੋਲ ਬਹਿ ਜਾਂਦਾ, ਕੁਛ ਸਿੱਖਣ ਨੂੰ ਮਿਲਦਾ, ਮਤਲਬ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਆਪਾਂ ਕੈਮਰਾ ਫੇਸ ਕਰਦੇ ਹਾਂ ਔਨ ਦਾ ਕੈਮਰਾ ਹੁੰਦੇ, ਸਾਨੂੰ ਉਹ ਬੈਕਗਰਾਊਂਡ ਦੀ ਨੌਲੇਜ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕੈਮਰਾ ਕਿਵੇਂ ਚੱਲ ਰਿਹਾ, ਕੀ ਹਿਸਾਬ ਹੈ, ਕਿਹੜਾ ਲੈਂਸ ਲੱਗਿਆ, ਕਿ ਕਿਹੜੇ ਲੈਂਸ 'ਤੇ ਸਾਨੂੰ ਕਿੰਨਾ ਡਿਸਟੈਂਸ ਮੇਨਟੇਨ ਕਰਨਾ, ਕਿੱਥੇ ਫੋਕਸ ਆ, ਉਹ ਸਾਰੀਆਂ ਚੀਜ਼ਾਂ ਟੈਕਨੀਕਲ ਚੀਜ਼ਾਂ ਵੀ ਸਿੱਖਣੀਆਂ ਸਾਨੂੰ ਬਹੁਤ ਜ਼ਰੂਰੀ ਹੈ, ਇਹਦੇ ਕਰਕੇ ਮੈਂ ਥੋੜ੍ਹਾ ਮਤਲਬ ਕਹਿ ਸਕਦੇ ਟਾਈਮ ਸਪੈਂਡ ਆਟੋਮੈਟਿਕਲੀ, ਉਹ ਨੈਚੁਰਲੀ ਇੱਕ ਵਾਈਬ ਬਣ ਜਾਂਦੀ ਹੈ ਸਾਰਿਆਂ ਨਾਲ ਹੀ ਅਤੇ ਉਹ ਇੰਜੋਏ ਕਰਦੇ ਜੀ ਆਪਾਂ। ਅਭੀ ਜੈਸੇ ਆਪਣੇ ਬਤਾਇਆ ਕਿ ਆਪ 12th ਕਲਾਸ ਮੇਂ ਫਾਈਨ ਆਰਟਸ ਕੇ ਸਟੂਡੈਂਟ ਹੋ, ਤੋ ਆਪ ਆਪਣੀ ਸਟੱਡੀਜ਼ ਕੋ ਔਰ ਆਪਣੀ ਐਕਟਿੰਗ ਕੋ ਕੈਸੇ ਟਾਈਮ ਦੇ ਪਾਤੇ? ਜੀ ਇਹ ਤਾਂ ਕਹਿ ਸਕਦੇ ਅਗਰ ਇਨਸਾਨ ਨੇ ਕੁਛ ਕਰਨਾ ਨਾ ਜੀ ਤਾਂ ਆਪਣੇ ਆਪ ਹੀ ਉਹ ਨੈਚੁਰਲੀ ਟਾਈਮ ਮਤਲਬ ਕਹਿ ਸਕਦੇ ਦੇ ਵੀ ਹੁੰਦਾ ਅਤੇ ਸਭ ਕੁਛ ਕਰ ਲੈਂਦੇ ਆ ਜੀ, ਜਿਵੇਂ ਆਪਾਂ ਸਟੱਡੀ ਦਾ ਕਹੀਏ ਅਤੇ ਜਦੋਂ ਸ਼ੂਟ ਨਹੀਂ ਹੁੰਦਾ ਤਾਂ ਸਟੱਡੀ 'ਤੇ ਫੋਕਸ ਹੁੰਦਾ, ਫੋਕਸ ਤਾਂ ਕੀ ਕਹਿ ਸਕਦੇ ਕਿ ਹੁਣ ਕਹਿ ਸਕਦੇ ਮੇਰਾ ਪ੍ਰੈਕਟੀਕਲ ਹੱਥ 'ਚ ਵਧੀਆ ਮਤਲਬ ਫਾਈਨ ਆਰਟਸ ਦਾ, ਅਤੇ ਆਟੋਮੈਟਿਕਲੀ ਉਹ ਮੇਨਟੇਨ ਹੋ ਜਾਂਦਾ ਜੀ, ਕਦੀ ਐਂ ਨਹੀਂ ਲੱਗੇ ਕਿ ਉਹ ਵੀ ਜ਼ਬਰਦਸਤੀ ਆਪਾਂ ਮੇਨਟੇਨ ਕਰ, ਬਟ ਸਟੱਡੀ ਦਾ ਹੈ ਕਿ ਜਿਵੇਂ ਆਪਾਂ ਇੱਕ ਪਾਸੇ ਲੱਗੇ ਹੋਏ ਹਾਂ, ਮੇਨ ਫੋਕਸ ਤਾਂ ਉਹੀ ਹੈ, ਬਟ ਇੱਕ ਸਾਨੂੰ ਜਿਹੜੀ ਦੁਨਿਆਵੀ ਚੀਜ਼ਾਂ ਤੋਂ ਸਿੱਖਣਾ ਉਹ ਵੀ ਬਹੁਤ ਜ਼ਰੂਰੀ ਹੈ ਜੀ, ਮਤਲਬ ਮੈਂ ਸਟੱਡੀ ਕਹਿ ਸਕਦੇ ਬੁੱਕਸ 'ਚੋਂ ਵੀ ਆਪਾਂ ਸਿੱਖਦੇ ਹਾਂ, ਬਟ ਜੋ ਆਪਣੀ ਪ੍ਰੈਕਟੀਕਲ ਨੌਲੇਜ ਹੈ ਮੈਂ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ ਜੀ, ਮੈਂ ਉਹ ਜ਼ਿਆਦਾ ਸਿੱਖਦਾ, ਅਤੇ ਬਾਕੀ ਇਹ ਕਿ ਨਾਲ ਨਾਲ ਜਿਹਨੇ ਸੋਚਿਆ ਕਿ ਕੁਛ ਕਰਨਾ ਅਤੇ ਉਹ ਤਾਂ ਆਟੋਮੈਟਿਕਲੀ ਸਾਰਾ ਕੁਛ ਮੇਨਟੇਨ ਹੋ ਜਾਂਦਾ ਜੀ ਸਟੱਡੀ। ਕਈ ਵਾਰ ਹਮ ਦੇਖਤੇ ਹੈ ਕਿ ਜਬ ਹਮ ਐਕਟਿੰਗ ਫੀਲਡ ਮੇਂ ਜਾਤੇ ਹੈ ਯਾ ਫਿਰ ਹਮ ਕਹਿ ਸਕਤੇ ਹੈ ਕਿ ਹਮ ਜਬ ਇਸ ਮੀਡੀਆ ਲਾਈਨ ਮੇਂ ਜਾਤੇ ਹੈ ਤੋ ਸੋਸਾਇਟੀ ਕਾ ਪ੍ਰੈਸ਼ਰ ਬਹੁਤ ਜ਼ਿਆਦਾ ਪੜ ਜਾਤਾ ਹੈ ਕਿ ਨਈ ਸਟੱਡੀਜ਼ ਪੇ ਧਿਆਨ ਦੇਣਾ ਚਾਹੀਏ ਕਿਉਂਕਿ ਐਕਟਿੰਗ ਕਾ ਸ਼ੋਰਟ ਫਿਊਚਰ ਹੈ, ਤੋ ਇਸਕੇ ਬਾਰੇ ਮੈਂ ਆਪਕੋ ਕਭੀ ਐਸਾ ਆਪਕੀ ਕੋਈ ਆਪਣੇ ਐਸਾ ਕੁਛ ਫੀਲ ਕੀਆ ਹੋ ਕਿ ਕਭੀ ਕਿਸੇ ਨੇ ਆਪਕੋ ਕੁਛ ਬੋਲਾ ਹੋ ਕਿ ਆਪਣੀ ਪੜ੍ਹਾਈ ਪੇ ਧਿਆਨ ਦੇ ਐਂਡ ਯੇ ਸਭ ਕੁਛ ਛੋੜ ਦੇ ਐਕਟਿੰਗ? ਜੀ ਐਂ ਤਾਂ ਕਹਿ ਸਕਦੇ ਨੈਚੁਰਲੀ ਮੈਨੂੰ ਕਦੀ ਕਿਸੇ ਨੇ ਬੋਲਿਆ ਤਾਂ ਨਹੀਂ ਹੋਣਾ, ਬਟ ਹੁਣ ਜਿਵੇਂ ਜਿਵੇਂ ਅੱਗੇ ਆ ਰਿਹਾ ਆਪਣੇ ਫਿਊਚਰ ਡਿਸੀਜਨਸ ਲੈਣੇ ਨੇ ਅਤੇ ਉਸ ਟਾਈਮ ਮੈਨੂੰ ਹੁਣ ਸਾਰੇ ਗਾਈਡ ਕਰ ਰਹੇ ਨੇ ਕਿ ਯਾਰ ਤੁਸੀਂ ਮਤਲਬ ਆਪਣੀ ਸਟੱਡੀ 'ਤੇ ਵੀ ਫੋਕਸ ਰੱਖਣਾ, ਤੁਸੀਂ ਐਕਟਿੰਗ ਵੱਲ ਹੀ ਨਹੀਂ ਜਾਣਾ ਇਹ ਵੋ, ਬਟ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਸਾਨੂੰ ਕਦੀ ਵੀ ਲੋਕਾਂ ਦੀ ਮਤਲਬ ਸੁਣੋ, ਪਰ ਸੁਣ ਕੇ ਜੋ ਚੀਜ਼ ਅਡੋਪਟ ਕਰਨ ਵਾਲੀ ਉਹ ਰੱਖੋ, ਨਹੀਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਜਿਹੜੇ ਇਹ ਸਭ ਹੈ ਨਾ ਦੁਨੀਆ 'ਤੇ, ਇੱਕ ਤੁਹਾਨੂੰ ਡਿਸਟਰੈਕਟ ਕਰਨ ਦਾ ਤਰੀਕਾ ਹੀ ਹੈ ਜੀ,
ਮੇਰਾ ਹਿਸਾਬ ਇਹ ਹੈ ਕਿ ਜੋ ਮੇਰਾ ਦਿਲ ਕਹਿੰਦਾ ਜੀ, ਮਤਲਬ ਮੈਂ ਉਸ ਹਿਸਾਬ ਨਾਲ ਚੱਲਦਾ ਕਿ ਜਿਸ 'ਚ ਮੈਨੂੰ ਖੁਸ਼ੀ ਮਿਲਦੀ ਹੈ ਬੇਸਿਕਲੀ, ਮੈਂ ਉਹ ਚੀਜ਼ ਕਰਦਾ ਜੀ। ਮੈਨੂੰ ਉਹਦੇ ਨਾਲ ਨਹੀਂ ਹੈਗਾ ਕਿ ਜੇ ਮੰਨ ਲਓ ਮੈਂ ਸਟੱਡੀ ਕਰਨੀ ਹੁੰਦੀ ਤਾਂ ਸ਼ਾਇਦ ਮੈਨੂੰ ਰੱਬ ਨੇ ਬਣਾਇਆ ਹੀ ਉਸ ਤਰੀਕੇ ਨਾਲ ਹੁੰਦਾ ਕਿ ਮੇਰਾ ਪੜ੍ਹਾਈ 'ਚ ਮਨ ਲੱਗਦਾ, ਜਾਂ ਮੈਂ ਸਟੱਡੀ ਬਹੁਤ ਪ੍ਰੋਪਰਲੀ ਕਰ ਪਾਉਂਦਾ। ਹੁਣ ਮੇਰਾ ਐਕਟਿੰਗ 'ਚ ਮਨ ਲੱਗਦਾ ਜਾਂ ਮੇਰਾ ਪ੍ਰੈਕਟੀਕਲ ਵਰਕ 'ਚ ਮਨ ਲੱਗਦਾ, ਅਤੇ ਮੈਨੂੰ ਰੱਬ ਨੇ ਬਣਾਇਆ ਉਸ ਤਰੀਕੇ ਨਾਲ ਹੈ ਕਿ ਮੈਂ ਇਸ ਪਾਸੇ ਜਾਵਾਂ। ਅਤੇ ਉਹੀ ਇਹ ਕੁਛ ਇਸ਼ਾਰੇ ਹੀ ਹੁੰਦੇ ਨੇ ਜੋ ਆਪਣੇ ਵੱਲੋਂ ਸਮਝਣੇ ਹੁੰਦੇ ਨੇ। ਬਾਕੀ ਇਹ ਕਿ ਸੁਸਾਇਟੀ ਦਾ ਇਹ ਕਿ ਸਾਨੂੰ ਗਾਈਡ ਵੀ ਕਰਦੀ ਹੈ, ਸਾਨੂੰ ਕਈ ਰਾਹ 'ਤੇ ਭਟਕਾਉਂਦੀ ਵੀ ਹੈ, ਅਤੇ ਉਹ ਸਾਨੂੰ ਆਪ ਇਸ ਟਾਈਮ ਦੇ ਵਿੱਚ ਸਿੱਖਣਾ ਪੈਣਾ ਕਿ ਅਸੀਂ ਕਿਹੜੀ ਸੰਗਤ ਸਾਡੇ ਲਈ ਸਹੀ ਹੈ, ਕਿਹੜੀ ਗੁੱਡ ਹੈ, ਕਿਹਦੀ ਗੱਲ ਸੁਣਨੀ ਹੈ, ਕਿਹਦੀ ਨਹੀਂ ਸੁਣਨੀ। ਮਤਲਬ ਇੰਨਾ ਕਿ ਸਾਨੂੰ ਸਿਆਣਾ ਆਪਣੇ ਆਪ 'ਚ ਹੋਣਾ ਪੈਣਾ ਜੀ। ਆਪਕੇ ਇੰਸਪੀਰੇਸ਼ਨ ਕੌਣ ਹੈ ਐਕਟਿੰਗ ਲਾਈਨ ਮੈਂ ਜੀ? ਐਕਟਿੰਗ ਲਾਈਨ 'ਚ ਇੰਸਪੀਰੇਸ਼ਨ ਤਾਂ ਕਹਿ ਸਕਦੇ ਮੈਂ ਸਾਰਿਆਂ ਨੂੰ ਹੀ ਮੰਨਦਾ, ਬਟ ਕੁਛ ਐਕਟਰ ਨੇ ਜਿਨ੍ਹਾਂ ਤੋਂ ਮੈਂ ਬਹੁਤ ਸਿੱਖਦਾ ਕਹਿ ਸਕਦੇ, ਆਪਣੇ ਪੰਕਜ ਤ੍ਰਿਪਾਠੀ ਸਰ ਨੇ, ਨਵਾਜ਼ੁਦੀਨ ਸਿੱਦੀਕੀ ਜੀ ਹੈ, ਮਨੋਜ ਬਾਜਪਾਈ ਜੀ ਹੈ, ਇਰਫਾਨ ਖਾਨ ਸਰ ਨੇ, ਅਤੇ ਆਪਣਾ ਰਾਜਕੁਮਾਰ ਰਾਓ, ਬਾਕੀ ਮਤਲਬ ਆਪਣੇ ਜਿੰਨੇ ਪੁਰਾਣੇ ਆਰਟਿਸਟ ਨੇ, ਅਮਿਤਾਭ ਬੱਚਨ ਜੀ, ਸ਼ਤਰੂਘਨ ਸਿਨਹਾ, ਮਤਲਬ ਉਹ ਕਲਾਕਾਰ ਹੀ ਹੈ ਜਿਹੜੀ ਉਸ ਟਾਈਮ ਦੀ, ਮੈਂ ਉਸਨੂੰ ਫੀਲ ਕਰਦਾ, ਉਸਨੂੰ ਮਤਲਬ ਸਿੱਖਣ ਦੀ ਕੋਸ਼ਿਸ਼ ਕਰਦਾ। ਕਿਉਂਕਿ ਪੁਰਾਣੇ ਟਾਈਮ ਦੇ ਹੁੰਦੇ ਵਾਲੇ ਲਾਈਨ ਦੇ ਵਿੱਚ ਮਤਲਬ ਬਹੁਤ ਉਹ ਜਿਵੇਂ ਸਾਡੀ ਕਹਿ ਸਕਦੀ ਟੈਕਨੋਲੋਜੀ ਅੱਗੇ ਵੱਧਦੀ ਜਾਂਦੀ ਹੈ, ਉਹ ਕਲਾਕਾਰੀ ਲਾਇਕ ਹੁੰਦੀ ਜਾਂਦੀ ਹੈ ਜੀ। ਅਤੇ ਮੈਨੂੰ ਮੈਂ ਤਦੀ ਹੁਣ ਫਿਲਮਾਂ ਵੀ ਜਿਵੇਂ ਆਪਾਂ ਚੂਜ਼ ਕਰਦੇ, ਹੁਣ ਮੈਂ ਰੀਸੈਂਟਲੀ ਇੱਕ ਮਸਤਾਨੇ ਫਿਲਮ ਕੀਤੀ ਸੀਗੀ ਜੀ, ਉਸ 'ਚ ਕਹਿ ਸਕਦੇ ਕਿ ਅਸਲੀ ਕਲਾਕਾਰੀ ਦਿਖਾਈ ਗਈ ਜੀ। ਕਿਉਂਕਿ ਉਹ ਸਿੱਖਾਂ 'ਤੇ ਚਲੋ ਫਿਲਮ ਬਣੀ ਸੀਗੀ, ਇੱਕ ਬਹੁਤ ਹੀ ਅਲੱਗ ਕੋਨਸੈਪਟ ਲੈ ਕੇ ਆਇਆ ਇੰਡਸਟਰੀ ਦੇ ਵਿੱਚ, ਅਤੇ ਇਹ ਸੀਗੀ ਕਿ ਪ੍ਰੋਪਰ ਉਹ ਆਰਟ ਫਿਲਮ ਸੀਗੀ ਜੀ। ਮਤਲਬ ਮੇਰੀ ਹਰ ਵਕਤ ਪ੍ਰੈਫਰੈਂਸ ਰਹਿੰਦੀ ਆ ਆਰਟ ਫਿਲਮ ਨੂੰ, ਕਮਰਸ਼ੀਅਲ ਫਿਲਮ ਛੱਡ ਕੇ ਅਸੀਂ ਆਰਟ ਫਿਲਮ ਵੱਲ ਮੇਰਾ ਜ਼ਿਆਦਾ ਧਿਆਨ ਰਹਿੰਦਾ, ਕਿਉਂਕਿ ਆਰਟ ਫਿਲਮ 'ਚ ਬਹੁਤ ਕੁਛ ਮਤਲਬ ਐਕਸਪਲੋਰ ਕਰਨ ਨੂੰ ਮਿਲਦਾ, ਬਹੁਤ ਕੁਛ ਸਿੱਖਣ ਨੂੰ ਮਿਲਦਾ, ਅਤੇ ਉਹ ਇੱਕ ਅਲੱਗ ਸੀਗਾ। ਅਤੇ ਮੈਂ ਉਹੀ ਕਹਿੰਦਾ ਕਿ ਜਦੋਂ ਆਰਟ ਫਿਲਮ ਕਰਦੇ ਤਾਂ ਸਾਨੂੰ ਇੱਕ ਮੈਥਡ ਐਕਟਿੰਗ ਵੀ ਆ ਜਿਹੜੀ ਆਪਾਂ ਸੁਣਦੇ ਅੱਜ ਕੱਲ੍ਹ ਕਾਫੀ ਉਸ 'ਚ, ਅਤੇ ਮੈਥਡ ਐਕਟਿੰਗ ਦੇ ਵਿੱਚ ਵੀ ਸਾਨੂੰ ਜਾਣਾ ਪੈਂਦਾ ਉਹਦੇ ਵਿੱਚ ਕਿ ਕਿਆ ਉਸ ਟਾਈਮ ਦੇ ਵਿੱਚ, ਕਿਉਂਕਿ ਉਹ 1740 ਮੇ ਵੀ ਟਾਈਮ ਪੀਰੀਅਡ ਰਿਹਾ ਉਹਨਾਂ 'ਤੇ ਉਸ ਟਾਈਮ ਦੀ ਦਿਖਾਈ ਉਹਨਾਂ ਨੇ, ਅਤੇ ਉਹ ਫਿਰ ਸਾਰਾ ਮਤਲਬ ਸਰ ਨੇ ਜਦੋਂ ਸ਼ਰਨਾਟ ਸਰ ਨੇ ਸਾਨੂੰ ਸਟੋਰੀ ਦੱਸੀ ਕਿ ਐਂ ਸਬਜੈਕਟ ਹੈਗਾ, ਅਤੇ ਉਸ ਤੋਂ ਬਾਅਦ ਆਪਾਂ ਆਪਣੇ ਉੱਪਰ ਡਰਾਫਟ ਵਰਕ ਕਰਨਾ ਸ਼ੁਰੂ ਕੀਤਾ ਕਿ ਹਾਂ ਯਾਰ ਹੁਣ ਜੇ ਸਟੋਰੀ ਆ ਉਸ ਟਾਈਮ ਕਿਵੇਂ ਲੋਕਾਂ ਦਾ ਫੀਲ ਹੁੰਦਾ ਹੋਏਗਾ, ਕੀ ਇਮੋਸ਼ਨਸ ਹੁੰਦੇ ਹੋਣਗੇ, ਅਤੇ ਉਹੀ ਬਸ ਆਪਣੇ ਆਪ 'ਚ ਆਪਾਂ ਕਰਦੇ ਰਹਿੰਦੇ ਹਾਂ, ਮਤਲਬ ਟਰਾਈ ਕਰਦੇ ਹਾਂ ਜੀ। ਅਗਰ ਆਪਕੋ ਕਿਸੇ ਐਕਟਰ ਕੇ ਸਾਥ ਮੂਵੀ ਮੇ ਕਾਮ ਕਰਨੇ ਕਾ ਮੌਕਾ ਮਿਲੇ ਤੋ ਵੋ ਕੌਨ ਸਾ ਐਕਟਰ ਹੋਗਾ ਜੀ? ਵੈਸੇ ਤਾਂ ਮੈਂ ਚਾਹਾਂਗਾ ਜਿਵੇਂ ਆਪਣੇ ਇੱਕ ਜਿਹੜੇ ਮੈਂ ਨਾਮ ਲਿੱਤੇ ਹੋਣੀ ਸਾਰੇ, ਪੰਕਜ ਤ੍ਰਿਪਾਠੀ ਸਰ, ਨਵਾਜ਼ੁਦੀਨ ਸਿੱਦੀਕੀ ਅਤੇ ਮਨੋਜ ਬਾਜਪਾਈ ਸਰ, ਮੈਂ ਚਾਹੁੰਦਾ ਕਿ ਇਕੱਠਾ ਹੀ ਕੋਨਸੈਪਟ ਬਣੇ, ਮੈਂ ਸਾਰਿਆਂ ਨਾਲ ਹੀ ਕੰਮ ਕਰਾਂ, ਕਿਉਂਕਿ ਮੇਰਾ ਇਹ ਹੈ ਕਿ ਮੈਂ ਬਹੁਤ ਹੀ ਕਹਿ ਸਕਦੇ ਅਸਲੀ ਕਲਾਕਾਰ ਜਿਹੜੇ ਕਹਾਂ ਕਹਿੰਦਾ ਮੈਂ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਦੀ ਜਿਹੜੀ ਐਕਟਿੰਗ ਹੈ, ਕਿਉਂਕਿ ਉਹਨਾਂ ਨੇ ਇਸ ਟੀਮ ਨੂੰ ਟਾਈਮ ਦਿੱਤਾ, ਇਸ 'ਤੇ ਸਟੱਡੀ ਕੀਤੀ, ਇਸ 'ਤੇ ਪ੍ਰੈਕਟੀਕਲ ਨੌਲੇਜ ਗੇਨ ਕੀਤੀ ਹੈ ਜੀ। ਅਤੇ ਮੈਂ ਪੰਕਜ ਤ੍ਰਿਪਾਠੀ ਨਾਲ ਸਰ ਨਾਲ ਵੀ ਇੱਕ ਮਤਲਬ ਮੈਂ ਮਿਲਿਆ, ਮਤਲਬ ਹਰਜੀਤਾ ਜਦੋਂ ਉਹਨਾਂ ਨਾਲ ਕੰਮ ਕੀਤਾ ਮੈਂ ਸਰ ਨਾਲ, ਅਤੇ ਮੈਨੂੰ ਨਹੀਂ ਪਤਾ ਸੀਗਾ ਕਿ ਮਤਲਬ ਹੀ ਇਜ਼ ਅ ਬਿਗ ਸਟਾਰ। ਸੋ ਮੈਂ ਜਦੋਂ ਉਸ ਟਾਈਮ ਕੰਮ ਕੀਤਾ, ਅਤੇ ਮੈਨੂੰ ਅੱਜ ਵੀ ਇੱਕ ਇੰਸੀਡੈਂਸ ਯਾਦ ਹੈ ਕਿ ਜਦੋਂ ਮੈਂ ਸਰ ਨਾਲ ਕੰਮ ਕਰ ਰਿਹਾ ਸੀ, ਇੱਕ ਸੀਨ ਸੀਗਾ ਸਾਡਾ ਆਪਸ 'ਚ, ਅਤੇ ਮਤਲਬ ਸ਼ਾਇਦ ਸਰ ਡਾਇਲੋਗ ਪਤਾ ਨਹੀਂ ਮੈਂ ਭੁੱਲ ਗਿਆ ਸਰ ਭੁੱਲ ਗਿਆ, ਅਤੇ ਮੈਂ ਕਿਹਾ ਸਰ ਡਾਇਲੋਗ ਭੁੱਲ ਗਏ ਕਿ ਮਤਲਬ ਸਾਡਾ ਉਹ ਹੋ ਗਿਆ, ਅਤੇ ਮਤਲਬ ਪਤਾ ਨਹੀਂ ਕੁਛ ਇਹੋ ਜਿਹੇ ਹੋਇਆ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਦਾਦੂ ਸਰ, ਅਤੇ ਉਹ ਕਹਿੰਦੇ ਕਿ ਮੈਨੂੰ ਬਾਹਰ 'ਚੋਂ ਦੱਸਿਆ ਕਿਸੇ ਨੇ, ਕਹਿੰਦੇ ਕਿ ਇਹ ਬੱਚੇ ਦਾ ਕੋਨਫੀਡੈਂਸ ਕਹਿ ਰਹੇ ਬਹੁਤ ਅੱਛਾ, ਕਹਿ ਰਹੇ ਕਿ ਉਹ ਨੈਸ਼ਨਲ ਬੋਡੀ ਕਹਿ ਰਹੇ ਇਨਸਾਨ ਕਹਿ ਰਹੇ ਉਸਕੇ ਸਾਹਮਣੇ ਮਤਲਬ ਐਸੇ ਐਕਟਿੰਗ ਕਰ ਰਿਹਾ, ਕਹਿ ਰਹੇ ਮਤਲਬ ਉਹ ਚੀਜ਼ ਹੈਗੀ। ਮੈਨੂੰ ਪਤਾ ਨਹੀਂ ਸੀਗਾ ਕਿ ਉਸ ਟਾਈਮ ਪੰਕਜ ਤ੍ਰਿਪਾਠੀ ਸਰ ਇੰਨੇ ਨੇ ਕਿ ਮੈਂ ਸਿੱਖ ਪਾਵਾਂ, ਕਿਉਂਕਿ ਮੈਂ ਵੀ ਇੰਡਸਟਰੀ 'ਚ ਨਵਾਂ ਸੀਗਾ। ਅਤੇ ਹੁਣ ਮੇਰੀ ਤਮੰਨਾ ਹੈਗੀ ਕਿ ਦੁਬਾਰਾ ਉਹਨਾਂ ਨਾਲ ਕੰਮ ਕਰੀਏ, ਕਿ ਹੋਰ ਮੈਂ ਕੰਮ ਕਰਨ ਤੋਂ ਜ਼ਿਆਦਾ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਚਾਹੂੰਗਾ ਕਿ ਮੈਂ ਉਹਨਾਂ ਤੋਂ ਹੋਰ ਸਿੱਖਾਂ, ਮਤਲਬ ਕਿਉਂਕਿ ਮੈਨੂੰ ਲੱਗਦਾ ਬਹੁਤ ਫੈਸੀਨੇਟਿੰਗ ਪਰਸਨੈਲਿਟੀ, ਬਹੁਤ ਮਤਲਬ ਕਹਿ ਸਕਦੇ ਇੱਕ ਡੀਪ ਨੌਲੇਜ ਹੈਗੀ ਉਹਨਾਂ ਨੂੰ ਐਕਟਿੰਗ ਦੀ। ਅਤੇ ਬਾਕੀ ਆਪਣੇ ਨਵਾਜ਼ੁਦੀਨ ਸਿੱਦੀਕੀ ਨਾਲ ਸਾਰਿਆਂ ਨਾਲ ਤਾਂ ਕੰਮ ਕਰਨਾ ਚਾਹਾਂਗਾ ਜੀ। ਆਪਕੀ ਖੁਦ ਕੀ ਮੂਵੀਜ਼ ਮੇਂ ਸੇ ਆਪਕੀ ਫੇਵਰੇਟ ਮੂਵੀ ਕੌਨ ਸੀ ਹੈ? ਜੀ ਫੇਵਰੇਟ ਮੂਵੀ ਕਹਿ ਸਕਦੇ ਹਰਜੀਤਾ ਹੀ ਹੈ ਜੀ ਹੁਣ ਤੱਕ। ਮਤਲਬ ਇੱਕ ਉਹੋ ਜਿਹਾ ਕੋਨਸੈਪਟ, ਉਹੋ ਜਿਹਾ ਪਿਆਰ, ਉਹੋ ਜਿਹਾ ਕਿਰਦਾਰ ਇੱਕ ਕਹਿ ਸਕਦੇ ਉਹ ਮੈਨੂੰ ਕਿਸੇ ਨੇ ਨਹੀਂ ਦਿੱਤਾ ਜੀ। ਮਤਲਬ ਕਹਿ ਸਕਦੇ ਹੁਣ ਵੀ ਇੰਡਸਟਰੀ 'ਚ ਜੇ ਮੈਂ ਜਾਵਾਂ ਤਾਂ ਮੈਨੂੰ ਸਮੀਪ ਘੱਟ ਸਾਰੇ ਤੁੱਲੀ ਦੇ ਨਾਮ ਤੋਂ ਹੀ ਜਾਣਦੇ। ਹੁਣੇ ਮੈਂ ਰੀਸੈਂਟਲੀ ਪ੍ਰੋਜੈਕਟ ਕਰ ਰਿਹਾ ਸੀਗਾ ਅਤੇ ਮੈਂ ਸੈਕਿੰਡ ਸ਼ਡਿਊਲ 'ਚ ਗਿਆ ਉਹਨਾਂ ਕੋਲ, ਅਤੇ ਮਤਲਬ ਟੀਮ ਚੇਂਜ ਹੋਈ ਸੀਗੀ ਅਤੇ ਇੱਕ ਬੰਦੇ ਮਤਲਬ ਨਵੇਂ ਸੀਗੇ ਉਹ, ਅਤੇ ਉਹ ਆਏ ਅਤੇ ਉਹਨਾਂ ਨੇ ਪਹਿਲੀ ਵਾਰ ਕਿਹਾ ਕਹਿੰਦੇ ਹੈਲੋ ਸਮੀਪ ਰਣੋਦ ਸਰ।
ਅਤੇ ਮੈਂ ਕਿਹਾ ਕਿ ਮੈਨੂੰ ਸਾਰੇ ਐਕਚੁਅਲ 'ਚ ਤੁਲੀ ਬੁਲਾਉਂਦੇ ਆ, ਅਤੇ ਮੈਂ ਕਾਫੀ ਮਿਲਿਆ, ਮੈਂ ਕਾਫੀ ਖੁਸ਼ ਹੋਇਆ ਉਹਨਾਂ ਕੋਲੋਂ। ਮੈਂ ਕਿਹਾ ਕਿ ਪਹਿਲਾ ਬੰਦਾ ਚਲੋ ਜਿਹਨਾਂ ਨੇ ਮੇਰਾ ਨਾਮ ਲਿੱਤਾ ਪੂਰਾ, ਅਤੇ ਮੈਨੂੰ ਉਹ ਚੀਜ਼ ਬਹੁਤ ਅੱਛੀ ਲੱਗੀ ਕਿ ਚਲੋ ਇੱਕ ਤੁਲੀ ਤਾਂ ਹੈਗਾ ਹੀ ਆ, ਉਹਨੂੰ ਮੈਂ ਬਹੁਤ ਮੰਨਦਾ ਕਿ ਚਲੋ ਇੱਕ ਕਿਰਦਾਰ ਮੈਨੂੰ ਮਿਲਿਆ ਉਸਦੇ ਲਈ, ਉਹ ਨਾਮ ਅੱਜ ਵੀ ਚੱਲ ਰਿਹਾ, ਉਹ ਅੱਜ ਵੀ ਜਿੰਦਾ। ਅਤੇ ਬਟ ਉਹ ਮਤਲਬ ਇੱਕ ਅਲੱਗ ਤੋਂ ਖੁਸ਼ੀ ਹੋਈ ਕਿ ਮੈਨੂੰ ਸਾਰੇ ਸੈੱਟ 'ਤੇ ਤੁਲੀ ਦੇ ਨਾਮ 'ਤੇ ਜਾਣਦੇ, ਜਿਵੇਂ ਇੱਕ ਸੀਨ ਕਰ ਰਹੇ ਹੁੰਦੇ ਤੁਲੀ ਤੁਲੀ ਤੁਲੀ, ਉਹ ਕਰੈਕਟਰ ਨੇਮ ਹੀ ਮਤਲਬ ਅਸਲੀਅਤ 'ਚ ਸਾਡਾ ਬਣ ਜਾਂਦਾ ਜੀ। ਫਿਰ ਇੱਕ ਡਾਇਲੋਗ ਹੋ ਜਾਏ ਆਪਕੀ ਫੇਵਰੇਟ ਮੂਵੀ ਹਰਜੀਤਾ ਕਾ, ਕੋਈ ਫੇਵਰੇਟ ਡਾਇਲੋਗ ਆਪਕਾ? ਇਹ ਕਹਿ ਸਕਦੇ ਡਾਇਲੋਗ ਮੈਂ ਉਸ 'ਚ ਵੀ ਬੋਲਿਆ ਸੀ, ਓਡੀਸ਼ਨ 'ਚ ਵੀ ਆਹੀ ਡਾਇਲੋਗ ਬੋਲਿਆ ਸੀਗਾ ਕਿ ਕੋ ਸਾਹਿਬ ਕੱਲ੍ਹ ਜਦ ਮੈਂ ਉੱਥੇ ਛੱਪੜ ਚੋਂ ਨਾ ਕੇ ਬਾਹਰ ਆਇਆ ਨਾ, ਮੇਰੀ ਬੇਬੇ ਬਾਹਰ ਡੰਡਾ ਲੈ ਖੜੀ ਸੀ, ਮੈਂ ਕੁੱਟੋ ਜਰਾਂ ਦਾ ਮਾਰਾ ਐਵੇਂ ਸਾਰਾ ਦਿਨ ਕਰ ਨਹੀਂ ਪੜਿਆ, ਬੇਬੇ ਕਹਿੰਦੀ ਚਲਾ ਜਾ ਪੁੱਤ, ਕੱਲ੍ਹ ਤੋਂ ਨਾ ਜਾ ਨਹੀਂ ਕੁੱਟਦੀ, ਜਦ ਮੈਂ ਅੰਦਰ ਗਿਆ ਬੇਬੇ ਨੇ ਵੜ ਕੇ ਚੰਗਾ ਹੀ ਝੰਮਤਾ, ਇਹੋ ਜਿਹੀ ਮਾਰ ਤੋਂ ਬਚਣ ਤੋਂ ਕੋਈ ਗੇਮ ਪਲੈਨ ਦੱਸੋ ਕੋ ਸਾਹਿਬ। ਮਤਲਬ ਇਹ ਡਾਇਲੋਗ ਸੀਗਾ ਓਡੀਸ਼ਨ ਦੇ ਵਿੱਚ, ਅਤੇ ਇਹੀ ਮਤਲਬ ਇੱਕ ਯਾਦ ਰਿਹਾ ਮੇਰਾ ਪੂਰਾ, ਮਤਲਬ ਕਹਿ ਸਕਦੇ ਇਹਦੇ ਦੀ ਵਜ੍ਹਾ ਤੋਂ ਹੀ ਬਣੇ ਆ ਜੀ। ਹਮ ਦੇਖ ਸਕਤੇ ਕਿ ਜੋ ਆਪਕੀ ਮੂਵੀਜ਼ ਥੀ, ਆਪ ਉਸ ਟਾਈਮ 10 ਸਾਲ ਕੇ ਥੇ ਜਬ ਆਪਨੇ ਹਰਜੀਤਾ ਕੀ, ਔਰ ਮਤਲਬ ਆਪ ਬਿਲਕੁਲ ਆਪਕੇ ਚਿਹਰੇ ਪੇ ਵੋ ਨਾਦਾਨੀ ਔਰ ਵੋ ਸ਼ਰਾਰਤ, ਤੋ ਆਪਕੇ ਸੈੱਟ ਪੇ ਵੀ ਵੈਸੇ ਹੀ ਵੋ ਸ਼ਰਾਰਤੀ ਸੇ ਰਹਤੇ ਥੇ, ਔਰ ਆਪਕੋ ਕਭੀ ਕਿਸੀ ਨੇ ਡਾਂਟਾ ਹੋ ਕਿ ਨਹੀਂ ਯੇ ਸ਼ਰਾਰਤ ਨਹੀਂ ਕਰਨੀ? ਜੀ ਐਂ ਪਤਾ ਨਹੀਂ ਕਿਉਂ ਹੁੰਦਾ ਸੀਗਾ, ਮੈਂ ਵੈਸੇ ਘਰੇ ਤਾਂ ਬਹੁਤ ਸ਼ਰਾਰਤਾਂ ਕਰਦਾ ਸੀ, ਪਰ ਸੈੱਟ 'ਤੇ ਜਾ ਕੇ ਆਟੋਮੈਟਿਕਲੀ ਇੱਕ ਸਿਆਣਾ ਜਿਹੜਾ ਬਣ ਜਾਂਦਾ ਨਾ ਬੰਦਾ, ਉਹ ਆ ਜਾਂਦਾ ਸੀ। ਸੈੱਟ 'ਤੇ ਤਾਂ ਨਹੀਂ ਇੰਨੀਆਂ ਸ਼ਰਾਰਤਾਂ ਕੀਤੀਆਂ, ਮਤਲਬ ਐਂ ਮਾੜੀ ਮੋਟੀ ਇੱਕ ਚਲੋ ਕਰ ਚੱਲਦੀਆਂ ਸੀਗੀਆਂ, ਬਟ ਐਂ ਨਹੀਂ ਕਿ ਪੂਰਾ ਟਾਈਮ ਸ਼ਰਾਰਤਾਂ 'ਚ ਆ ਉਹ ਆਪਣਾ, ਮਤਲਬ ਜਿਵੇਂ ਸੈੱਟ 'ਤੇ ਜਾਣਾ ਜਾਂ ਮਤਲਬ ਉਹਨੇ ਰੇਡੀ ਕਰਕੇ ਰੱਖਣਾ, ਅਤੇ ਦਾਦੂ ਸਰ ਨੇ ਮਤਲਬ ਆਪ ਹੀ ਸਭ ਕੁਛ ਪ੍ਰੀਪੇਅਰ ਕਰਾ ਦੇਣਾ ਦਾਦੂ ਸਰ ਨੇ। ਮਤਲਬ ਐਂ ਸੀਗਾ ਕਿ ਉਹ ਕਹਿੰਦੇ ਵੀ ਨਹੀਂ ਸੀਗੇ ਕਿ ਤੁਲੀ ਤੁਮਨੇ ਐਸੇ ਬੋਲਣਾ ਐਸੇ ਬੋਲਣਾ, ਉਹਨਾਂ ਨੇ ਮੇਰੇ 'ਤੇ ਹੀ ਛੱਡਤਾ ਸੀਗਾ ਕਿ ਤੂੰ ਜੋ ਮਤਲਬ ਕਰਨਾ ਉਹ ਨੈਚੁਰਲੀ ਚੀਜ਼ ਚਾਹੀਦੀ। ਉਹ ਬਹੁਤ ਵਧੀਆ ਲੱਗਿਆ, ਮਤਲਬ ਇਹ ਕੰਮ ਕਰਾਉਣ ਦਾ ਤਰੀਕਾ ਮੈਂ ਦੇਖਿਆ ਸਭ ਤੋਂ ਅਲੱਗ ਹੈ ਦਾਦੂ ਸਰ ਦਾ ਨਾ, ਅਤੇ ਉਹ ਬੜਾ ਖੁਸ਼ੀ। ਵੈਸੇ ਤਾਂ ਆਪ ਕਾਫੀ ਅੱਛਾ ਕਰ ਰਹੇ ਹੋ ਪੰਜਾਬੀ ਇੰਡਸਟਰੀ ਮੇ, ਮਤਲਬ ਆਪਣੇ 4 ਚਾਂਦ ਲਗਾ ਦੀ ਹੈ, ਆਪ ਆਪਣੇ ਕੋ 10 ਸਾਲ ਬਾਅਦ ਕਹਾਂ ਦੇਖਦੇ ਹੋ? ਜੀ ਮੈਂ ਤਾਂ ਕਹਿੰਦਾ ਮੈਂ ਆਪਣੇ ਆਪ ਨੂੰ ਕੱਲ੍ਹ ਨਹੀਂ ਦੇਖਦਾ ਜੀ ਕਿ ਆਪਾਂ ਕਿੱਥੇ ਜਾਣਾ, ਕਿਉਂਕਿ ਕੱਲ੍ਹ ਕਿਸੇ ਨੇ ਵੇਖੀ ਨਹੀਂ ਹੈ, ਪਰ ਇਹ ਹੈਗਾ ਜ਼ਰੂਰ ਕਿ ਜਿਵੇਂ ਵੀ ਰੱਬ ਦਾ ਸਬੱਬ ਬਣਿਆ ਰਿਹਾ ਅਤੇ ਆਪ ਜੀ ਦਾ ਸਾਰਿਆਂ ਦਾ ਪਿਆਰ ਬਣਿਆ ਰਿਹਾ, ਅਤੇ ਆਪਾਂ ਜਿੱਥੇ ਤੱਕ ਤੁਸੀਂ ਲੈ ਕੇ ਜਾਓਗੇ, ਜਿੱਥੇ ਮੁਕਾਮ 'ਤੇ ਜਿਹੜੇ ਮੁਕਾਮ 'ਤੇ ਤੁਸੀਂ ਲੈ ਕੇ ਜਾਓਗੇ ਉੱਥੇ ਜਾਵਾਂਗੇ ਜੀ, ਸਾਰਾ ਪਿਆਰ ਤੁਹਾਡਾ ਹੈਗਾ ਜੀ। ਮਤਲਬ ਇਹ ਹੈ ਕਿ ਆਪਣੇ ਆਪ ਨੂੰ ਦੇਖਦੇ ਤਾਂ ਹੈਗੇ ਹੀ ਹਾਂ ਕਿ ਇੱਕ ਪਰਫੈਕਟ ਐਕਟਰ ਬਣੀਏ, ਮਤਲਬ ਟਰਾਈ ਤਾਂ ਹੈਗੀ ਹੈ, ਬਾਕੀ ਇਹ ਹੁੰਦਾ ਕਿ ਰੱਬ ਨੇ ਜਿੱਥੇ ਲੈ ਕੇ ਜਾਣਾ। ਕਈ ਵਾਰ ਐਂ ਹੁੰਦਾ ਕਿ ਆਪਾਂ ਸੋਚ ਹੀ ਇੱਥੇ ਤੱਕ ਰੱਖਦੇ, ਆਪਾਂ ਕਹਿ ਸਕਦੇ ਅਰਦਾਸ ਹੀ ਇੱਥੇ ਦੀ ਮੰਗ ਲੈਂਦੇ ਆ, ਪਰ ਰੱਬ ਨੇ ਸਾਨੂੰ ਲਿਖਿਆ ਕੀ ਹੁੰਦਾ, ਲਿਖਿਆ ਉੱਪਰ ਹੁੰਦਾ ਜੀ। ਇਹ ਚੀਜ਼ ਹੁੰਦੀ ਹੈ ਜੀ, ਮਤਲਬ ਤਦੀ ਮੈਂ ਕਦੀ ਕੱਲ੍ਹ ਫਿਊਚਰ ਦਾ ਐਕਸਪੈਕਟ ਨਹੀਂ ਕਰਦਾ, ਕਿਉਂਕਿ ਜੇ ਆਪਾਂ ਆਪਣਾ ਪ੍ਰੈਜੈਂਟ ਬੈਟਰ ਕਰਾਂਗੇ, ਪ੍ਰੈਜੈਂਟ ਨੂੰ ਸੁਧਾਰਾਂਗੇ, ਤਾਂ ਮੇ ਬੀ ਫਿਊਚਰ ਆਟੋਮੈਟਿਕਲੀ ਸਾਡਾ ਬ੍ਰਾਈਟ ਹੋ ਜਾਏਗਾ ਜੀ। ਜੈਸੇ ਕਿ ਆਪ 16 ਸਾਲ ਕੇ ਔਰ ਬਹੁਤ ਮੈਚੋਰਟੀ ਵਾਲੀ ਬਾਤੇਂ ਆਪ ਕਰਤੇ ਹੈ, ਮਤਲਬ ਆਪਣੇ ਇਤਨੀ ਸੀ ਉਮਰ ਮੇ ਇਤਨਾ ਐਕਸਪੀਰੀਅੰਸ ਲੈ ਲਿਆ, ਆਪਕੋ ਇਤਨਾ ਸਭ ਕੁਛ ਜੋ ਹੈ ਵੋ ਗਿਆਨ ਵੀ ਹੈ, ਕਿਆ ਮਤਲਬ ਆਪਣੇ ਕਿਆ ਸੋਚਿਆ ਕਿ ਕਿਸੀ ਬੜੇ ਪਰਦੇ ਪਰ ਜਬ ਆਪ ਜਾਏਂਗੇ ਤੋ ਵਹਾਂ ਪੇ ਆਪਕੀ ਸਭਸੇ ਪਹਿਲੀ ਵਿਸ਼ ਕਿਆ ਹੋਗੀ ਕਿ ਆਪਕੋ ਕਿਸ ਤਰੀਕੇ ਕੀ ਮੂਵੀ ਕਰਨੀ ਹੈ? ਜੀ ਮੂਵੀ ਮਤਲਬ ਐਂ ਤਾਂ ਕਾਫੀ ਸਾਰੇ, ਹੁਣ ਮੈਂ ਵਿਹਲਾ ਬੈਠਾ ਹੁੰਦਾ, ਮੈਂ ਆਪਣੇ ਆਪ ਨੂੰ ਐਕਸਪਲੋਰ ਕਰ ਰਿਹਾ ਹੁੰਦਾ ਕਿ ਮੈਂ ਕੀ ਹੋਰ ਕਰ ਸਕਦਾ, ਮਤਲਬ ਇਹ ਨਹੀਂ ਜੋ ਮੈਂ ਕਰ ਰਿਹਾ ਮੈਂ ਉਸ 'ਚ ਪਰਫੈਕਟ ਹੋ, ਮੈਂ ਕੀ ਹੋਰ ਕਰ ਸਕਦਾ। ਅਤੇ ਉਹੀ ਹੁੰਦਾ ਕਦੀ ਕਦੀ ਕਿ ਜਿਵੇਂ ਬੈਠੇ ਬੈਠੇ ਕਈ ਕਰੈਕਟਰ ਆ ਜਾਂਦੇ ਨੇ ਕਿ ਜਿਵੇਂ ਮੈਂ ਇਹੋ ਜਿਹੀ ਫਿਲਮ ਕਰਨਾ ਚਾਹੁੰਦਾ, ਮੈਂ ਮਤਲਬ ਕਹਿ ਸਕਦੀ ਪ੍ਰੋਪਰਲੀ ਆਰਟ ਫਿਲਮ ਕਰਨਾ ਚਾਹੁੰਦਾ ਕਿ ਮਤਲਬ ਉਹ 'ਚ ਕਲਾਕਾਰੀ ਹੋਵੇ, ਉਸ 'ਚ ਐਕਟਿੰਗ ਹੋਵੇ, ਕਿ ਮੈਂ ਚਾਹੁੰਦਾ ਕਿ ਉਹ ਡਾਇਰੈਕਟਰ ਵੀ ਉਹ ਸਾਰੇ ਰਾਈਟਰ ਵੀ ਮਤਲਬ ਕੁਛ ਇਹੋ ਜਿਹੀ ਇੱਕ ਫਿਲਮ ਕਨਸੈਪਟ ਆਵੇ ਕਿ ਜਿਸ 'ਚ ਅਸਲੀ ਕਲਾਕਾਰੀ ਮਤਲਬ ਦਿਖੇ ਕਿ ਹਾਂ ਮਤਲਬ ਕੈਪੇਬਿਲਿਟੀ ਕਹਿ ਸਕਦੇ। ਬਟ ਇੱਕ ਚੀਜ਼ ਇਹ ਵੀ ਹੁੰਦੀ ਹੈ ਮਤਲਬ ਕਿ ਅਸੀਂ ਇੱਕ ਪ੍ਰੂਵਿੰਗ ਅਤੇ ਪਰਫੋਰਮਿੰਗ 'ਚ ਮਤਲਬ ਕਾਫੀ ਅੰਤਰ ਹੈ, ਜਦੋਂ ਆਪਾਂ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਟਰਾਈ ਕਰਦੇ ਹਾਂ ਤਾਂ ਅਸੀਂ ਪਰਫੋਰਮ ਨਹੀਂ ਕਰ ਪਾਉਂਦੇ ਜੀ, ਬਟ ਜਦੋਂ ਅਸੀਂ ਪਰਫੋਰਮ ਕਰਨਾ ਹੁੰਦਾ ਉਹ ਆਟੋਮੈਟਿਕਲੀ ਅਸੀਂ ਪ੍ਰੂਵ ਹੋ ਜਾਂਦੇ ਕਿ ਹਾਂ ਯਾਰ ਅਸੀਂ ਮਤਲਬ ਉਹ ਚੀਜ਼ ਕਰ ਰਹੇ ਹਾਂ। ਅਤੇ ਮੇਰੇ ਹਿਸਾਬ ਨਾਲ ਪ੍ਰੂਫ ਅਤੇ ਪਰਫੋਰਮਿੰਗ 'ਚ ਫਰਕ ਹੈ, ਅਤੇ ਮੈਂ ਹਲੇ ਧਿਆਨ ਪੂਰਾ ਮੇਰਾ ਇਹ ਹੈ ਕਿ ਮੈਂ ਆਪਾਂ ਪਰਫੋਰਮਿੰਗ ਦੀ ਤਰਫ ਜਾਈਏ ਮਤਲਬ ਪ੍ਰੂਫ ਨੂੰ ਛੱਡ ਕੇ, ਬਟ ਇਹ ਹੈ ਕਿ ਉਸ ਟਾਈਪ ਦੇ ਸਾਨੂੰ ਕਰੈਕਟਰ ਮਿਲਦੇ ਰਹਿਣ ਅਤੇ ਅਸੀਂ ਕਰੀਏ। ਆਪਕੀ ਤਰ੍ਹਾਂ ਹੋਰ ਵੀ ਚਾਈਲਡ ਐਕਟਰਸ ਹੋਣਗੇ ਜੋ ਕਿ ਐਕਟਿੰਗ ਲਾਈਨ ਮੇਂ ਅਭੀ ਕਾਮ ਕਰ ਰਹੇ ਹੋਣਗੇ, ਆਪ ਉਨਕੋ ਕਿਆ ਮੈਸੇਜ ਦੇਣਾ ਚਾਹਤੇ ਹੋ?
ਜੀ ਮੈਸੇਜ ਤਾਂ ਇਹੀ ਹੈ, ਮਤਲਬ ਜੇ ਕੰਮ ਕਰ ਰਹੇ ਨੇ ਜੇ ਨਹੀਂ ਵੀ ਕਰ ਰਹੇ, ਜੇ ਧਿਆਨ ਹੈਗਾ ਇੱਧਰਲੇ ਪਾਸੇ ਆਉਣ ਦਾ, ਅਤੇ ਮੈਂ ਇਹ ਕਹਾਂਗਾ ਕਿ ਪੂਰਾ ਆਪਣੇ ਆਪਦਾ 100% ਦਿਓ। ਮੈਨੂੰ ਪਤਾ ਕਿ ਏਜ ਇਹੋ ਜਿਹੀ ਹੈਗੀ, ਈਵਨ ਮੈਂ ਵੀ ਕਹਿ ਹੀ ਰਿਹਾ ਮੈਂ ਵੀ 100% ਇਹੋ ਜਿਹਾ ਕੁਛ ਦੇ ਨਹੀਂ ਪਾ ਰਿਹਾ, ਕੁਛ ਖਾਸ ਨਹੀਂ ਕਰ ਪਾ ਰਿਹਾ, ਬਟ ਇਹ ਹੈ ਕਿ ਜਿੰਨਾ ਆਪਾਂ ਕੰਮ ਕਰਦੇ, ਜਿੰਨਾ ਧਿਆਨ ਨਾਲ ਕਰਦੇ ਹਾਂ, ਇੱਕ ਸੀਰੀਅਸ, ਕਿਉਂਕਿ ਸਾਨੂੰ ਇੱਕ ਮਾਇੰਡ ਦੇ ਵਿੱਚ ਸਾਡਾ ਗੋਲ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਜਿਵੇਂ ਅਸੀਂ ਜਾਣਾ ਕਿੱਥੇ ਹੈ, ਕਿ ਸਾਡੀ ਲਾਈਨ ਕੀ ਹੈ। ਅਸਲ 'ਚ ਕੀ ਹੈ ਕਿ ਸਾਨੂੰ ਪਹਿਚਾਣਨਾ ਪੈਂਦਾ ਆਪਣੇ ਆਪ ਨੂੰ ਕਿ ਅਸੀਂ ਕੀ ਕਰਨ ਲਈ ਬਣੇ ਹਾਂ, ਅਤੇ ਉਹੀ ਹੁੰਦਾ ਕਿ ਏਜ ਦੇ ਵਿੱਚ ਉਹ ਪਤਾ ਚੱਲਣਾ ਬਹੁਤ ਇੱਕ ਕਹਿ ਸਕਦੇ ਵੱਡੀ ਗੱਲ ਹੈ। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਡਾ ਬਚਪਨ ਤੋਂ ਇੱਕ ਏਮ ਕਲੀਅਰ ਹੈ ਕਿ ਤੁਸੀਂ ਜਾਣਾ ਕਿੱਥੇ, ਤੁਹਾਡਾ ਕੀ ਸੁਪਨਾ, ਕੀ ਸਾਰੇ ਰਹਿ ਨੇ ਨਾ, ਅਤੇ ਉਹ ਰਾਹ ਵੀ ਕਹਿ ਸਕਦੇ ਰੱਬ ਫਿਰ ਆਪਣੇ ਆਪ ਬਣਾ ਦਿੰਦਾ ਜੀ। ਅਤੇ ਇਹੀ ਕਰਾਂਗਾ ਕਿ ਜੀ ਕਿ ਤੁਸੀਂ ਸਾਰੇ ਮਿਹਨਤ ਕਰਦੇ ਰਹੋ ਜੀ। ਮਤਲਬ ਮੈਂ ਤਾਂ ਚਲੋ ਕੌਣ ਹੁੰਦਾ ਕਹਿਣ ਵਾਲਾ, ਬਟ ਇਹੀ ਮੇਰੇ ਵੱਲੋਂ ਅਰਦਾਸ ਹੀ ਹੈ ਜੀ ਕਿ ਸਾਰੇ ਰੱਬ ਮਤਲਬ ਸਾਰਿਆਂ ਨੂੰ ਹੀ ਬਹੁਤ ਤਰੱਕੀਆਂ 'ਤੇ ਲੈ ਕੇ ਜਾਵੇ। ਸਾਰੇ ਜੇ ਮਿਹਨਤ ਕਰ ਰਹੇ ਕੋਈ ਤਾਂ ਉਸਨੂੰ ਉਸਦਾ ਫਲ ਜ਼ਰੂਰ ਹੀ ਮਿਲਦਾ ਜੀ। ਮਤਲਬ ਇਹ ਕਿ ਅਸੀਂ ਕਦੀ ਇੱਕ ਟਾਈਮ 'ਤੇ ਆ ਕੇ ਅੱਕ ਕੇ ਛੱਡ ਨਾ ਦਈਏ ਜੀ ਕੋਈ ਚੀਜ਼, ਕਿ ਜਿਵੇਂ ਅੱਜ ਮੰਨ ਲਓ ਕਿ ਮੈਨੂੰ ਪ੍ਰੋਜੈਕਟ ਨਹੀਂ ਮਿਲ ਰਿਹਾ, ਮੰਨ ਲਓ ਮੈਂ ਹਫ਼ਤੇ ਤੱਕ ਟਰਾਈ ਕਰ ਲਿਆ ਮੈਨੂੰ ਨਹੀਂ ਮਿਲ ਰਿਹਾ, ਆਡੀਸ਼ਨ ਦੇਈ ਜਾ ਰਿਹਾ, ਮਤਲਬ ਕਾਫੀ ਸਾਲਾਂ ਤੱਕ ਕਰ ਲਿਆ, ਕੀ ਪਤਾ ਕਿ ਅੱਗੇ ਜਾ ਕੇ ਆਉਣ ਵਾਲੇ ਸਾਲਾਂ 'ਚ ਇੱਕ ਵੱਡਾ ਪ੍ਰੋਜੈਕਟ ਵੇਟ ਕਰ ਰਹੇ, ਬਟ ਅਸੀਂ ਪਹਿਲੀ ਹਾਰ ਮੰਨ ਜਾਂਦੇ। ਇੱਕ ਕਹਿ ਸਕਦੇ ਨੈਵਰ ਗਿਵ ਅਪ, ਮਤਲਬ ਉਹ ਚੀਜ਼ ਹੈਗੀ ਕਿ ਇਸ ਲਾਈਨ ਦੇ ਵਿੱਚ, ਕਿਸੇ ਵੀ ਲਾਈਨ ਦੇ ਵਿੱਚ ਹੈ, ਨੋਟ ਈਵਨ ਐਕਟਿੰਗ ਲਾਈਨ, ਬਟ ਅਗਰ ਅਸੀਂ ਕੋਈ ਵੀ ਕਮਰਸ਼ੀਅਲ ਲਾਈਨ ਜਾਂ ਅਸੀਂ ਮਤਲਬ ਬਿਜ਼ਨਸ ਲਾਈਨ ਜਾਂ ਕੋਈ ਵੀ ਹੈ ਜੋ ਵੀ ਆਪਾਂ ਕਰਨੇ ਚਾਹੁੰਦੇ, ਤਾਂ ਉਸਦੇ ਵਿੱਚ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਮਤਲਬ ਇਹ ਬਹੁਤ ਵੱਡੀ ਗੱਲ ਹੈ, ਇੱਕ ਮਾਇੰਡ ਤਦੀ ਸਾਡਾ ਕਲੀਅਰ ਹੋਣਾ ਚਾਹੀਦਾ ਜੇ ਆਪਾਂ ਹਾਰ ਨਹੀਂ ਮੰਨਾਂਗੇ, ਉਹ ਸਾਰੀ ਚੀਜ਼ਾਂ ਫਿਰ ਆਟੋਮੈਟਿਕਲੀ ਹੋਏਗੀ ਜੀ, ਤਰੱਕੀ ਜ਼ਰੂਰ ਮਿਲੂਗੀ। ਆਪਕੇ ਚਾਹਨੇ ਵਾਲੇ ਵੀ ਬਹੁਤ ਹੈ, ਛੋਟੇ ਹਰਜੀਤੇ ਕੇ ਚਾਹਨੇ ਵਾਲੇ ਤੋਂ ਬਹੁਤ ਸਾਰੇ ਬੈਠੇ ਹੋਏ। ਆਪ ਆਪਣੇ ਚਾਹਨੇ ਵਾਲੋ ਕੋ ਕਿਆ ਸੰਦੇਸ਼ ਦੇਣਾ ਚਾਹਤੇ ਹੈ? ਜੀ ਸੰਦੇਸ਼ ਤਾਂ ਕੀ ਹੈ ਜੀ, ਹਲੇ ਤੱਕ ਤਾਂ ਉਹਨਾਂ ਨੇ ਸਾਨੂੰ ਪਿਆਰ ਦਿੱਤਾ, ਹਲੇ ਤਾਂ ਅਸੀਂ ਇਹ ਯੋਗ ਨਹੀਂ ਹੋਏ ਕਿ ਅਸੀਂ, ਪਰ ਮੈਂ ਇਹੀ ਕਹਾਂਗਾ ਜੀ ਕਿ ਜਿਹੜਾ ਪਿਆਰ ਤੁਸੀਂ, ਜਿਹੜਾ ਆਸ਼ੀਰਵਾਦ ਤੁਸੀਂ ਸਾਰੇ ਵੱਡਿਆਂ ਨੇ ਸਾਡੇ ਛੋਟੇ ਭਰਾਵਾਂ ਨੇ ਦਿੱਤਾ ਜੀ, ਉਹ ਆਸ਼ੀਰਵਾਦ ਹਮੇਸ਼ਾ ਬਣਾਈ ਰੱਖਿਓ ਜੀ। ਕਹਿ ਸਕਦੇ ਕਿ ਇੱਕ ਪਿਆਰ ਦਾ ਇਨਸਾਨ ਭੁੱਖਾ ਹੁੰਦਾ ਕਿ ਜਦੋਂ ਉਹਨੂੰ ਉਹ ਮਿਲਦਾ ਤਾਂ ਕਿਸੇ ਹੋਰ ਚੀਜ਼ ਦੀ ਸਾਨੂੰ ਐਕਸਪੈਕਟੇਸ਼ਨ ਨਹੀਂ ਹੁੰਦੀ, ਨਾ ਮਨੀ ਨਾ ਕੋਈ ਹੋਰ ਨਾ ਫੇਮ, ਉਸ ਚੀਜ਼ ਦੀ ਕੁਛ ਨਹੀਂ ਹੁੰਦਾ, ਬਸ ਇਹ ਹੁੰਦਾ ਕਿ ਇੱਕ ਪਿਆਰ ਮਿਲਦਾ ਜਾਵੇ ਅਤੇ ਉਹ ਚੀਜ਼ ਹੋਈ ਜਾਵੇ। ਅਤੇ ਇਹੀ ਮੈਂ ਕਹਿੰਦਾ ਕਿ ਤੁਸੀਂ ਬਸ ਆਪਣਾ ਆਸ਼ੀਰਵਾਦ ਬਣਾਈ ਰੱਖਿਓ, ਅਤੇ ਜਿਵੇਂ ਵੀ ਹੈਗਾ ਕਿ ਮੈਂ ਕਿਤੇ ਕਮੀ ਪੇਸ਼ੀ ਹੋਈ ਤਾਂ ਚਲੋ ਉਹ ਤਾਂ ਪਬਲਿਕ ਰਿਵਿਊ ਸੁਣਦੇ ਹਾਂ ਆਪਾਂ, ਅਤੇ ਉਹਦੇ ਨਾਲ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਤੇ ਮੈਂ ਇਹੀ ਕਹਾਂਗਾ ਕਿ ਚਲੋ ਸਾਨੂੰ ਪਲ ਪਲ 'ਤੇ ਤੁਸੀਂ ਗਾਈਡ ਵੀ ਕਰਨਾ, ਪਲ ਪਲ 'ਤੇ ਸਾਨੂੰ ਹੌਸਲਾ ਵੀ ਦੇਣਾ, ਪਲ ਹਰ ਪਲ ਕਹਿ ਸਕਦੇ ਪਿਆਰ ਵੀ ਦੇਣਾ, ਅਤੇ ਇਹੀ ਅਰਦਾਸ ਹੈ ਜੀ। ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਆਪਣੇ ਅੱਜ ਹਮੇਂ ਟਾਈਮ ਦਿਆ, ਹਮਾਰੇ ਚੈਨਲ ਮੇ ਆਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸਮੀਪ ਸਿੰਘ ਰਣੋਤ, ਅਤੇ ਜਿਵੇਂ ਕਿ ਤੁਸੀਂ ਸਾਰੇ 7 ਚੈਨਲ ਦੇਖ ਰਹੇ ਹੋ, ਹਮੇਸ਼ਾ ਇਹਦਾ ਪਿਆਰ ਦਿੰਦੇ ਰਹੋ ਅਤੇ ਹਮੇਸ਼ਾ ਇਹਨੂੰ ਹੋਰ ਤਰੱਕੀਆਂ 'ਤੇ ਲੈ ਕੇ ਜਾਓ। ਬਹੁਤ ਹੀ ਖੂਬਸੂਰਤ ਚੈਨਲ ਹੈ, ਬਹੁਤ ਹੀ ਪਿਆਰੀ ਟੀਮ ਹੈ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮਤਲਬ ਇੱਕ ਮੌਕਾ ਦਿੱਤਾ ਮੈਨੂੰ ਇੰਟਰਵਿਊ ਦੇ, ਅਤੇ ਬਹੁਤ ਬਹੁਤ ਧੰਨਵਾਦ ਜੀ। ਔਰ ਇਹ ਤੇ ਹਮਾਰੇ ਪੰਜਾਬ ਕੇ ਉਭਰਤੇ ਕਲਾਕਾਰ ਜਿਨ੍ਹੋਂਨੇ ਪੰਜਾਬੀ ਇੰਡਸਟਰੀ ਮੇ 4 ਚਾਂਦ ਲਗਾ ਦੀ ਹੈ, ਔਰ ਐਸੇ ਹੀ ਔਰ ਵੀਡੀਓਜ਼ ਦੇਖਣੇ ਕੇ ਲੀਏ ਦੇਖਤੇ ਰਹੇ ਹਮਾਰਾ ਚੈਨਲ 7 ਚੈਨਲ।